ਸੱਚੀਏ ਕਾਲ ਦੋਸਤੋ ਮੈਂ ਵੀਰਪਾਲ ਸਿੱਧੂ ਮੋਲ ਮੈਂ ਤੁਹਾਡੇ ਰੂਬਰੂ ਇੱਕ ਆਡੀਓ ਬੁੱਕ ਲੈ ਕੇ ਪੇਸ਼ ਹੋਈਆਂ ਜੋ ਕਿ ਵਿੱਤੇ ਦਿਨ ਹੀ ਈ-ਬੁੱਕ ਦੇ ਰੂਪ ਵਿੱਚ ਰਿਲੀਜ਼ ਹੋਈ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਲਿਖਤ ਆਪਸੰਦ ਆਉਣਗੀਆਂ ਮੈਂ ਪੇਸ਼ ਕਰ ਰਹੀ ਹਾਂ ਪਹਿਲੀ ਲਿਖਤ ਸੁਖਦੀਪ ਸਿੰਘ ਰਾਏਪੁਰ ਦੀ ਇਲਜ਼ਾਮ ਦਿਨ ਬੀਤੇ ਰਾਤ ਲੰਗੀ ਚਿੱਟੇ ਪੰਨੇ ਕਾਲੇ ਹੋ ਗਏ ਜਿੱਥੋਂ ਜਿੱਥੋਂ ਭੱਜ ਕੇ ਲੰਗੇ ਉੜਦੇ ਗਰਦੇ ਜਾਲੇ ਹੋਵੇ ਇੱਕ ਫੱਟ ਤੱਕਿਆ ਉਹਦਾ ਦਿੱਤਾ ਬਾਕੀ ਫੱਟ ਵੀ ਹਰੇ ਨਾਲੇ ਹੋ ਗਏ ਕਿਹੜੇ ਵਾਦੇ ਕਿਹੜੀਆਂ ਕਸਮਾਂ ਹੁਣ ਤਾਂ ਸੁੱਖ ਸਿਆਂ ਕਾਲੇ ਮਾਲੇ ਹੋ ਗਏ ਕੱਲ ਲੰਗੇ ਸੀ ਸ਼ਹਿਰ ਉਹਦੇ ਚੋ ਖੁੱਲੀ ਕਿਰਕੀ ਵੱਡੇ ਵੱਡੇ ਤਾਲੇ ਹੋ ਗਏ ਉਹਦਾ ਅੱਲਾ ਤੇ ਮੇਰਾ ਰੱਬ ਵੱਖਰੇ ਮਜ਼ਬ ਆਲੇ ਹੋ ਗਏ ਅਸਾਂ ਸਿਖਾਇਆ ਡਿਗ ਕੇ ਤੁਰਨਾ ਉਹ ਭਜਣਾ ਸਿੱਖ ਹੋਰ ਸਿਖਾਲੇ ਹੋਵੇ ਕਹਾਂ ਤਾਂ ਇੰਦ ਸੀ ਇਕੱਲੇ ਗਲਤ ਅਸੀਂ ਨਹੀਂ ਇਲਜ਼ਾਮ ਸਰਤੇ ਹੋਰ ਵੀ ਬਾਲੇ ਹੋ ਗਏ ਧੰਵਾਦ ਜੀ ਅਗਲੀ ਲਿਖਤ ਕਿਉਂ ਨਹੀਂ ਤੂੰ ਐਵੇਂ ਦੱਸ ਬਦਲਵਣ ਵਰਦਾ ਕਿਉਂ ਨਹੀਂ ਪਹਿਲਾਂ ਗਲਤੀ ਹੋਈ ਤਾਂ ਵੀ ਲੜਦਾ ਕਿਉਂ ਨਹੀਂ ਜਿਉ ਤੁਰ ਗਿਆ ਤੂੰ ਇਕੱਲਾ ਰਹਿ ਜਾਣਾ ਹੈ ਚੁੱਪ ਕਿਉਂ ਇਹ ਗੱਲ ਕੋਈ ਕਰਦਾ ਕਿਉਂ ਨਹੀਂ ਨਾਲੇ ਵੇਖ-ਵੇਖ ਕੇ ਉਹਨੂੰ ਦਿਲ ਪਰਦਾ ਕਿਉਂ ਨਹੀਂ ਫਿਰ ਵੀ ਸੋਚੇ ਇਹ ਸਦਰਾ ਹਾਲੇ ਮਰਦਾ ਕਿਉਂ ਨਹੀਂ ਇੱਕ ਵਾਰ ਤਾਂ ਜਾ ਖਲੋ ਗਿਆ ਉਹਦੇ ਮਨ ਨਹੀਂ ਆਈ ਪੋਰਾ ਵੀ ਡਰਦਾ ਕਿਉਂ ਨਹੀਂ ਅੱਖਾਂ ਰਾਹੀਂ ਇਹਦਾ ਸਵਾਲ ਹੀ ਪੁੱਛਣਾ ਛੱਡ ਦੇ ਖਤ ਫੜ ਕੇ ਵੀ ਜੇ ਉਹ ਪੜਦਾ ਕਿਉਂ ਨਹੀਂ ਉਹ ਅੱਖੇ ਸੁੱਕ ਸਿਆਂ ساری ਰਾਤ ਮੁੱਕ ਚੱਲੀ ਮੈਂ ਆਖਿਆ ਫਿਰ ਸੂਰਜ ਚੜਦਾ ਕਿਉਂ ਨਹੀਂ ਮੈਂ ਆਖਿਆ ਫਿਰ ਸੂਰਜ ਚੜਦਾ ਕਿਉਂ ਨਹੀਂ ਧੰਵਾਦ ਜੀ ਅਗਲੇ ਲੇਖ ਵੀਰਪਾਲ ਸਿੱਧੂ ਮੋੜ ਪਹਿਲੇ ਲਿਖ ਤੋ ਚੁੱਪ ਸਭ ਤੋਂ ਪਹਿਲੀ ਵਾਰ ਮੈਂ ਉਦੋਂ ਚੁੱਪ ਹੋਈ ਜਦੋਂ ਮਾਂ ਨੇ ਆਖਿਆ ਸੀ ਕਿ ਕੁੜੀਆਂ ਜ਼ਿਆਦਾ ਨਹੀਂ ਬੋਲਦੀਆਂ ਹੁੰਦੀਆਂ ਮਾਪਿਆਂ ਦੀ ਇੱਜ਼ਤ ਮਿੱਟੀ 'ਚ ਨਹੀਂ ਰੋਲਦੀਆਂ ਹੁੰਦੀਆਂ ਮੇਰੇ ਅੱਧੇ ਚਾਤਾ ਉਦੋਂ ਹੀ ਮਰ ਗਏ ਸੀ ਜਦੋਂ ਦਾਦੀ ਨੇ ਆਖਿਆ ਸੀ ਕੁੜੀਆਂ ਸੌਰੇ ਜੋਂ ਮਰਦੀ ਕਰਨ ਪੇਕੇ ਘਰ ਫੈਸ਼ਨ ਕਰਦੀਆਂ ਨਹੀਂ ਹੁੰਦੀਆਂ ਅੱਖਾਂ 'ਚ ਸੁਰਮਸਲਾਈ ਭਰਦੀਆਂ ਨਹੀਂ ਹੁੰਦੀਆਂ ਅੱਧੀ ਨਫ਼ਰਤ ਤਾਂ ਮੇਰੇ ਅੰਦਰ ਮਰਦ ਪ੍ਰਤੀ ਉਦੋਂ ਹੀ ਭਰ ਗਈ ਸੀ ਜਦੋਂ ਪਾਪਾ ਨੇ ਆਖਿਆ ਸੀ ਕੁੜੀਆਂ ਮੁੰਡਿਆਂ ਨਾਲ ਹੱਸ ਕੇ ਗੱਲ ਕਰਦੀਆਂ ਨਹੀਂ ਹੁੰਦੀਆਂ ਫਾਲਤੂ ਦੰਦ ਕੱਢਦੀਆਂ ਨਹੀਂ ਹੁੰਦੀਆਂ ਮੇਰੇ ਅੰਦਰ ਅੱਧੀਆਂ ਗੱਲਾਂ ਤਾਂ ਉਦੋਂ ਹੀ ਮਰ ਗਈਆਂ ਸੀ ਜਦੋਂ ਸਹੇਲੀਆਂ ਨੇ ਕਿਹਾ ਸੀ ਕੁੜੀਆਂ ਹਰ ਗੱਲ ਕਿਸੇ ਨੂੰ ਦੱਸਦੀਆਂ ਨਹੀਂ ਹੁੰਦੀਆਂ ਕੁੜੀਆਂ ਦੁੱਖਾਂ 'ਚ ਹੀ ਵਸਦੀਆਂ ਹੁੰਦੀਆਂ ਅੱਦੇ ਭਲੇ 'ਤੇ ਤਾਂ ਮੇਰੇ ਮਨ ਅੰਦਰ ਉਦੋਂ ਹੀ ਪੈਦਾ ਹੋ ਗਏ ਸੀ ਜਦੋਂ ਚਾਚੀਆਂ ਤਾਈਆਂ ਨੇ ਆਖਿਆ ਸੀ ਕੁੜੀਆਂ ਐਵੇਂ ਕੰਦਾ ਕੋਲੇ ਟੱਪਦੀਆਂ ਨਹੀਂ ਹੁੰਦੀਆਂ ਕੁੜੀਆਂ ਘਰ ਅੰਦਰ ਹੀ ਜਚਦੀਆਂ ਹੁੰਦੀਆਂ ਧੰਨਵਾਦ ਜੀ ਅਗਲੀ ਲਿਖਤ ਕੁਝ ਰਿਸ਼ਤੇ ਮੇਰੀ ਜ਼ਿੰਦਗੀ ਦੇ ਕੁਝ ਰਿਸ਼ਤੇ ਕੱਚ ਦੀ ਤਰ੍ਹਾਂ ਸੀ ਤੇ ਕੱਚ ਦੀ ਤਰ੍ਹਾਂ ਉਹ ਟੁੱਟ ਗਏ ਮੈਂ ਇੱਕ ਟੁੱਟੇ ਹੋਏ ਕੱਚ ਦੇ ਟੁਕੜਿਆਂ ਨੂੰ ਇਕੱਠਾ ਕਰਨਾ ਚਾਹਿਆ ਇਕੱਠਾ ਕਰਦੇ ਕਰਦੇ ਕੁਝ ਟੁਕੜੇ ਮੇਰੇ ਪੈਰਾਂ ਵਿੱਚ ਚੁਭ ਗਏ ਪੈਰਾਂ ਵਿੱਚੋਂ ਟੁਕੜਿਆਂ ਨੂੰ ਕੱਢਦੇ ਵਕਤ ਮੇਰੇ ਹੱਥਾਂ ਵਿੱਚ ਕੁਝ ਟੁਕੜੇ ਚੁਭ ਗਏ ਤੇ ਉਹਨਾਂ ਹੱਥਾਂ ਨਾਲ ਮੈਂ ਆਪਣਾ ਮੂੰਹ ਪੂੰਝ ਲਿਆ ਤੇ ਉਹਨਾਂ ਕੱਚ ਦੇ ਟੁਕੜਿਆਂ ਨਾਲ ਮੇਰਾ ਰੋਮ ਰੋਮ ਜ਼ਖਮੀ ਹੋ ਗਿਆ ਕੱਚ ਦੇ ਰਿਸ਼ਤਿਆਂ ਨਾਲ ਜ਼ਖਮੀ ਹੋਣ ਕਰਕੇ ਹੁਣ ਮੈਂ ਕਦੇ ਕੱਚ ਦਾ ਸ਼ਿਸ਼ਾ ਨਹੀਂ ਦੇਖਿਆ ਕੱਚ ਦੇ ਰਿਸ਼ਤਿਆਂ ਨਾਲ ਜ਼ਖਮੀ ਹੋਣ ਕਰਕੇ ਮੈਂ ਹੁਣ ਕਦੇ ਕੱਚ ਦਾ ਸ਼ਿਸ਼ਾ ਨਹੀਂ ਦੇਖਿਆ ਧੰਨਵਾਦ ਜੀ ਅਗਲੇ ਲੇਖਕ ਮਨਜੋਤ ਜੋਤ ਸਿੰਘ ਪਹਿਲੇ ਲਿਖਤ ਚੱਲ ਕੋਈ ਨਾ ਮੈਂ ਮੈਨੂੰ ਯਾਰ ਮੈਨੂੰ ਨਹੀਂ ਪਤਾ ਮੈਂ ਜਦ ਵੀ ਤੈਨੂੰ ਮਿਲਦਾ ਹਾਂ ਤੇ ਗਰੀਬ ਹੋ ਜਾਂਦਾ ਉਹ ਕਿਉਂ ਗਰੀਬ ਕਿਵੇਂ ਮੈਂ ਤੁਸੀਂ ਮੇਰਾ ਹਰ ਵਾਰੀ ਦਿਲ ਜਿੱਤ ਕੇ ਲੈ ਜਾਂਦੇ ਹੋ। ਉਹ ਚਲ ਕੋਈ ਨਾ। ਧੰਨਵਾਦ ਜੀ। ਅਗਲੀ ਲਿਖਤ ਕੁਦਰਤ। ਮੇਰਾ ਖਿਆਲ ਮੇਰੇ ਹੀ ਖਿਆਲਾਂ ਵਾਲ ਰੁੱਝਿਆ ਏ। ਕੋਈ ਖਿਆਲ ਖਿਆਲਾਂ ਦੇ ਦਾਇਰੇ ਤੇ ਖਵਾਬ ਬਣ ਕੇ ਡੁੱਲਿਆ ਏ। ਖਿਆਲਾਂ ਦੀ ਤੱਬਦੀ ਹੀ ਕੁੱਤੇ ਤੇਰੀ ਚੁੱਪ ਦਾ ਬੀਜ ਅੱਜ ਬਰੋਟਾ ਵਾਂ ਉੱਗਿਆ ਏ। ਧੰਨਵਾਦ ਜੀ। ਆਗਲੇ ਲੇਖਕ ਗੁਰਪ੍ਰੀਤ ਕਰੀਰ ਪਹਿਲੇ ਲੇਖਕ ਕਿਸਾਨ ਕੰਨਾਂ ਮੋੜੇ ਤੇ ਸਵਾਰ ਨੇ ਇਹ ਖਾਲੀ ਧੁੱਪ ਚ ਰੜਦੇ ਚੱਲਦੇ ਨੇ ਪਾਲੇ ਇਹ ਚੰਦ ਦੇ ਚਾਨਣ ਚ ਲਾਉਂਦੇ ਨੇ ਪਾਣੀ ਇਹ ਪਰਵਾਤਾ ਨੂੰ ਉੱਠ ਕੇ ਪੜਦੇ ਨੇ ਬਾਣੀ ਮਿੱਟੀ ਨਾਲ ਲਿਬੜੇ ਇਹ ਫੱਕਰ ਨੇ ਪੈਸੋ ਉਹ ਨਹੀਂ ਦਿਸਦੇ ਜੋ ਗੀਤਾਂ ਚ ਦੇਖੋ ਇਹ ਫਸਲਾਂ ਦੇ ਮਾਲਕ ਪਰ ਖਾਲੀ ਹੈ ਝੋਲੀ ਜਾਵੇ ਵਈਆਂ ਦੇ ਅਗੂਠੇ ਤੇ ਧੀ ਦੀ ਡੋਲੀ ਹੱਥਾਂ 'ਚ ਰੱਟਣ ਪੈਰਾਂ 'ਚ ਵਈਆਂ ਕਰਜੇ ਦੀ ਪੰਡਾ ਨੇ ਨਾਲੇ ਵਈਆਂ ਡੁੱਬਦੀ ਕਿਸਾਨੀ ਨੂੰ ਹੋਰ ਨਾ ਡਬੋਵੋ ਸਮੇ ਦੇ ਹਾਕਮੋਂ ਨਾ ਮੁਲ ਫਸਲਾਂ ਦੇ ਖੋਵੋ ਧੰਨਵਾਦ ਜੀ ਅਗਲੀ ਲਿਖਤ ਮੇਰਾ ਇਸ਼ਕ ਤੇ ਮਜਬੂਰੀ ਕਿਸੇ ਅਮਰ ਵੇਲ ਦੀ ਮਾਰੀ ਹੋਈ ਵੱਲ ਹਾਂ ਮੈਂ ਕਿਸੇ ਸਾਗਰ ਚ ਉੜਦੀ ਹੋਈ ਛਲਹਾਨ ਹੈ ਚਾਕੇ ਵੀ ਹੁਣ ਜਿੱਥੋਂ ਨਿਕਲ ਨਹੀਂ ਹੁਣਾ ਤੇਰੇ ਇਸ਼ਕ ਦੀ ਐਸੀ ਦਲਦਲ ਹਾਨ ਹੈ ਕੋਰੇ ਦਦਾ ਹਰੈਂਦਾ ਆਪਣੇ ਫੱਟਾ ਨੂੰ ਮੈਂ ਆਪੇ ਖੋਰੇ ਦੋਸ਼ੀ ਸਾਜ ਬੇਕਸੂਰ ਸਮੈਂ ਤੁਰ ਗਿਆ ਕੋਈ ਦਿਲ ਚ ਲੈ ਕੇ ਬਲਵਲੇ ਰੋਕ ਸਕਿਆ ਨਾ ਐਸਾ ਮਜ਼ਬੂਤ ਸਮੈਂ ਖੈੜਾ ਮੇਰਾ ਛੱਡਦੇ ਨਹੀਂ ਇਹ ਪੀੜਾ ਇਹ ਬਨਜਾਰੇ ਇੱਕ ਇੱਕ ਵਾਰ ਇਹਨਾਂ ਦਾ ਹੱਸ ਕੇ ਚੁੰਮ ਰਿਹਾ ਹਾਂ ਮੈਂ ਖਵਰੇ ਕਿੱਥੋਂ ਤੱਕ ਦਾ ਹੈ ਸਫ਼ਰ ਮੁਕਾਉਣਾ ਰੱਖ ਲੋਤ ਪਿਆਰ ਦੀ ਮੋਢਿਆਂ ਤੇ ਘੁੰਮ ਰਿਹਾ ਹਾਂ ਮੈਂ ਕਿੰਨਾ ਔਖਾ ਹੁੰਦਾ ਹੈ ਆਪਣੀ ਮੁਹੱਬਤ ਨੂੰ ਫਾਇਲ ਹੋਣਾ ਇੱਕ ਖਤਾ ਵੀ ਕਰ ਗਿਆ ਹਾਂ ਮੈਂ ਅੱਖੀ ਦੇਖਿਆ ਇਹ ਤੈਨੂੰ ਕਿਸੇ ਹੋਰ ਦੇ ਹੁੰਦੇ ਆ ਹਾਲਾਤਾਂ ਦਾ ਮਾਰਿਆ ਜਰ ਗਿਆ ਹਨ। ਧੰਨਵਾਦ ਜੀ। ਅਗਲਾ ਲੇਖਕ ਰਾਜੂ ਅਵਾਖੀਆਂ ਜਮੀਂ ਪਹਿਲੀ ਲਿਖਤ ਜ਼ਮੀਰ ਰੁਸ ਜਾਵਣ ਦੇ ਸੱਜਣ ਕਦੇ ਵੀ ਗੈਰ ਨਹੀਂ ਹੁੰਦੇ ਕਾਮੇ ਕਿਰਤੀ ਗਰੀਬ ਦੇ ਇਹ ਸਕੇ ਸ਼ਹਿਰ ਨਹੀਂ ਹੁੰਦੇ ਮੀਰਾ ਵਰਗੇ ਭਗਤਾਂ ਨੂੰ ਚੜਦੇ ਜ਼ਹਿਰ ਨਹੀਂ ਹੁੰਦੇ ਮਝ ਤੇ ਸੱਚ ਦੀ ਹੁੰਦੀ ਏ ਝੂਠ ਦੇ ਪੈਰ ਨਹੀਂ ਹੁੰਦੇ ਕੀਤਾ ਖਲਵਾੜ ਨਾ ਹੁੰਦਾ ਤੇ ਅੱਜ ਕਹਿਰ ਨਹੀਂ ਹੁੰਦੇ ਸਰਕਾਰਾਂ ਫਰਜ਼ ਨਿਭਾਉਂਦੀਆਂ ਤਾਂ ਮੰਗਦੇ ਕਹਿਰ ਨਹੀਂ ਹੁੰਦੇ ਜੇ ਲੀਡਰ ਛੇ ਦਿੰਦੇ ਨਾ ਪੁਲਿਸ ਤੇ ਫੈਰ ਨਹੀਂ ਹੁੰਦੇ ਜਮੀਰ ਸੁੱਤੇ ਨਾ ਹੁੰਦੇ ਇਹ ਅੜਵੈਰ ਨਾ ਹੁੰਦੇ ਸੋਨੂ ਸੂਦ ਜਿਹੇ ਕਲਾਕਾਰ ਮੁੰਬਈ ਸ਼ਹਿਰ ਨਹੀਂ ਹੁੰਦੇ ਰਾਜੂ ਸੱਚ ਜੇ ਲਿਖਦਾ ਨਾ ਤਾਂ ਐਨੇ ਵੇਰ ਨਹੀਂ ਹੁੰਦੇ ਧੰਨਵਾਦ ਜੀ ਅਗਲੀ ਲਿਖਤ ਜ਼ਿੰਦਗੀ ਚਾਰ ਦਿਨਾਂ ਦੀ ਕੱਢਿਆ ਕਰ ਕਦੇ ਵਕਤ ਮੇਰੇ ਲਈ ਹੋ ਗਿਆ ਕਿਉਂ ਸਖਤ ਮੇਰੇ ਲਈ ਗੱਲ ਗਲਤ ਤੇ ਰੁਚਨਾ ਛੱਡਦੀ ਵੀ ਜ਼ਿੰਦਗੀ ਚਾਰ ਦਿਨਾਂ ਦੀ ਹੁਣ ਰਹਿਣਾ ਨਹੀਂ ਜਾਂਦਾ ਅੱਡ ਵੇ ਜ਼ਿੰਦਗੀ ਚਾਰ ਦਿਨਾਂ ਦੀ ਨਿਤ ਉਡੀਕਾਂ ਕਰਦੀ ਰਹਿੰਦੀ ਫਿੱਕੀ ਹੁੰਦੀ ਜਾਵੇ ਮੈਂਦੀ ਹੋਰ ਵਿਛੋੜੇ ਮੈਂ ਨਾ ਸੰਦੀ ਨਾ ਦਿਲ ਚੋ ਮਾਇਆ ਕੱਢ ਵੇ ਜ਼ਿੰਦਗੀ ਚਾਰ ਦਿਨਾਂ ਦੀ ਆਪਣੇ ਤੋਂ ਵੱਧ ਪਿਆਰ ਹਾਂ ਕਰਦੀ ਮਾੜੀਆਂ ਚੰਗੀਆਂ ਤੇਰੀਆਂ ਜਰਦੀ ਅੰਦਰੋਂ ਅੰਦਰੀ ਅੱਜ ਵੀ ਡਰਦੀ ਮੈਂ ਸੁੱਕ ਕੇ ਹੋ ਗਈ ਹੱਡ ਵੇ ਜ਼ਿੰਦਗੀ ਚਾਰ ਦਿਨਾਂ ਦੀ ਮੈਨੂੰ ਅਵਾਂਖੇ ਲੈ ਜਾ ਨਾਲ ਜਨਾ ਮੇਰਾ ਹੋਇਆ ਮੰਦੜਾ ਹਾਲ ਜਨਾ ਹੁਣ ਹੋਰ ਨਾ ਕਰੀ ਸਵਾਲ ਜਨਾ ਰੱਜ ਪੀਕੇ ਨਾ ਜਾਵੀ ਛੱਡ ਬੇ ਜ਼ਿੰਦਗੀ ਚਾਰ ਦਿਨਾਂ ਦੀ ਹੁਣ ਰਹਿਣਾ ਨਹੀਂ ਜਾਂਦਾ ਅੱਡ ਬੇ ਜ਼ਿੰਦਗੀ ਚਾਰ ਦਿਨਾਂ ਦੀ ਧੰਨਵਾਦ ਜੀ ਅਗਲੇ ਲੇਖਕਰਨ ਵੀਰ ਸਿੰਘ ਅੰਬਰ ਪਹਿਲੇ ਲਿਖਤ ਗੱਲ ਅਧੂਰੀ ਜਿਉਂਨੇ ਸੁਣ ਲਈ ਤੇ ਪੂਰੀ ਦੱਸਾਂਗੇ ਰਹਿ ਗਈ ਸੀ ਜੋ ਗੱਲ ਅਧੂਰੀ ਦੱਸਾਂਗਾ ਖਬਰੇ ਮੈਨੂੰ ਛੱਡ ਕੇ ਛੱਲੀ ਨਾ ਜਾਵੀ ਹੱਥ ਜੋੜ ਕੇ ਜਦ ਮਜਬੂਰੀ ਦੱਸਾਂਗਾ ਰੱਬਾ ਮੈਨੂੰ ਰੁੱਖੀ ਮਿੱਸੀ ਦਿੰਦਾ ਰਹੀਂ ਲੋਕਾਂ ਜੇ ਪੁੱਛਿਆ ਤੇ ਚੂਰੀ ਦੱਸਾਂਗਾ ਮੇਰੀ ਗਜ਼ਲ ਵਿੱਚ ਵੀ ਜਾਰੋ ਕਮੀਆਂ ਨੇ ਅੱਖਰਾਂ ਵਿੱਚ ਅਹਿਸਾਸ ਜ਼ਰੂਰ ਜ਼ਰੂਰੀ ਦੱਸਾਂਗਾ ਲਿਖਣਾ ਤਾਂ ਅਬਰ ਵੱਡੀ ਗੱਲ ਨਹੀਂ ਮੈਂ ਤੇ ਇਹਨੂੰ ਵੀ ਮਗਰੂਰੀ ਦੱਸਾਂਗਾ ਧੰਨਵਾਦ ਜੀ ਅਗਲੀ ਲਿਖਤ ਹਰ ਰੁੱਖ ਮੇਰੀ ਮਾਂ ਵਰਗਾ ਹੈ دلچو تੈਨੂੰ ਕੱਢ ਨਹੀਂ ਹੋਣਾ ਚਾਉਂਦੇ ਜੀਤਾ ਛੱਡ ਨਹੀਂ ਹੋਣਾ ਇਹ ਦੁੱਖ ਮੇਰੇ ਨਾਲ ਜਾਏਗਾ ਹੁਣ ਇਹ ਮੇਥੋਂ ਅੱਡ ਨਹੀਂ ਹੋਣਾ ਹਰ ਰੁੱਖ ਮੇਰੀ ماں ਵਰਗਾ ਏ ਮੇਰੇ ਕੋਲੋਂ ਵੱਡ ਨਹੀਂ ਹੋਣਾ ਆਖਰ ਨੂੰ ਬਸ ਰਾਖ ਮਿਲੂਗੀ ਲਹੂ ਮਾਸ ਜਾਂ ਹੱਡ ਨਹੀਂ ਹੋਣਾ ਧੰਨਵਾਦ ਜੀ ਅਗਲੇ ਲੇਖਕ ਹਣੀ ਰਾਮਪੁਰਾ ਪਹਿਲੇ ਲਿਖਤ ਤੈਨੂੰ ਚਾਹਨੇ ਆ ਹੱਸ ਕੇ ਜੁੜਨਾ ਰੋ ਕੇ ਟੁੱਟਣਾ ਇਹ ਆਸ਼ਿਕਾਂ ਦਾ ਦਸਤੂਰ ਹੋਇਆ ਬਿਨਾ ਗੱਲੋਂ ਦਿਲਾਂ ਠੋਕਰ ਖਾਦੀ ਸੀ ਅੱਖੀਆਂ ਕੋਲੋਂ ਕਸੂਰ ਹੋਇਆ ਸੀ ਹੱਸ ਕੇ ਉਦੋਂ ਲਾਏ ਜਰਾਨੇ ਕੀ ਪਤਾ ਸੀ ਸੁਣਨੇ ਪੈਣਗੇ ਤਾਨੇ ਹੁਣ ਰਾਤਾਂ ਨੂੰ ਕਿਉਂ ਬੇਚਾਨ ਹੋਇਆ ਮੈਨੂੰ ਨੀਂਦ ਨਾ ਆਈ ਲਾਏ ਬਹਾਨੇ ਉਹਨੂੰ ਬੇਵਫਾ ਤੂੰ ਕਾਤੋਂ ਆਖੇ ਤੂੰ ਖੁਦ ਕਿਹੜੀ ਵਫਾ ਕਮਾਈਏ ਪਾਗਲਪਨ ਸੀ ਤੇਰਾ ਆਸ਼ਕ ਵਰਨਾ ਤੂੰ ਕਿਉਂ ਉਤੇ ਤੁਮਤ ਲਾਈਏ ਇਹ ਬੰਦੇ ਦੀ ਸੁਰਤ ਜਵਾਬ ਦਿੰਦੀ ਜਦ ਅੱਖੀਆਂ ਦੋ ਤੋਂ ਚਾਰ ਹੋਵਣ ਫਿਰ ਦਿਲਾਂ ਨੂੰ ਹੋ ਗਰਵਰ ਜਾਂਦਾ ਐਨ ਰੂਹ ਦੇ ਨੇੜੇ ਹੋ ਕੇ ਸੱਜਣ ਹੌਲੀ-ਹੌਲੀ ਦੂਰ ਜਾਂਦਾ ਸੱਜਣ ਹੌਲੀ-ਹੌਲੀ ਦੂਰ ਜਾਂਦਾ ਅਗਲੀ ਲਿਖਤ ਕੈਸੀ ਇਸ਼ਕ ਕਹਾਣੀ ਜੇ ਤੂੰ ਗਹਿਰਾਈ ਸਮੁੰਦਰ ਦੀ ਤਾਂ ਮੈਂ ਤੇਰਾ ਪਾਣੀ ਆ ਜੇ ਮੈਂ ਰਾਜਾ ਤੇਰੇ ਸੁਪਣਿਆਂ ਦਾ ਤੂੰ ਮੇਰੇ ਖਵਾਬਾਂ ਦੀ ਰਾਣੀ ਆ ਤੇਰੇ ਬੋਲਾਂ ਚ ਇਉਂ ਮਠਾਸ ਭਰੀ ਜੋ ਜਲੇਵ ਤੇ ਚਾਣੀ ਐ ਮੇਰੇ ਨਾਲ ਜੁੜੀ ਐ ਅੱਦਾ ਤੂੰ ਜੋ ਪੱਤਾ ਤੇ ਟਾਣੀ ਐ ਤੂੰ ਵੀ ਤਾਂ ਮੈਨੂੰ ਪਿਆਰ ਕਰੇ ਮੈਂ ਤੇਰੀ ਅੱਖ ਪਛਾਣੀ ਐ ਮੇਰੀ ਅੱਖਾਂ ਵਿੱਚੋਂ ਪੜ ਤੂੰ ਵੀ ਸ਼ੁਦੇਣੀ ਤੂੰ ਕਿਹੜਾ ਨਿਆਣੀ ਐ ਜੇ ਤੂੰ ਹਾਣੀ ਮੇਰੇ ਜਿਸਮ ਦੀ ਮੈਂ ਤੇਰੀ ਰੂਹ ਦਾ ਹਾਣੀ ਐ ਮੈਂ ਤੂੰ ਹੋਇਆ ਤੂੰ ਮੈਂ ਹੋਈ ਇੱਕ ਕੈਸੀ ਇਸ਼ਕ ਕਹਾਣੀ ਹੈ ਇੱਕ ਕੈਸੀ ਇਸ਼ਕ ਕਹਾਣੀ ਧੰਨਵਾਦ ਜੀ ਅਗਲੇ ਲੇਖਕ ਖੁਸ਼ਪ੍ਰੀਤ ਕੌਰ ਬਾਸਵਾ ਪਹਿਲੇ ਲੇਖਕ ਤੋਂ ਖਵਾਬ ਅਵਲੜੀ ਉੱਥੇ ਤੂੰ ਉਹੀ ਕਰਦਾ ਹੈ ਜੋ ਮੈਂ ਕਹਾ ਚੰਗਾ ਹੈ ਜੇ ਖਵਾਬਾਂ ਚ ਰਹਾ ਉੱਥੇ ਤੂੰ ਹੱਸਦਾ ਹੈ ਮੇਰੇ ਨਾਲ ਇਹ ਅਲੱਗ ਦੁਨੀਆ ਚ ਵਸਦਾ ਹੈ ਮੇਰੇ ਨਾਲ ਉੱਥੇ ਤੂੰ ਸੁਣਦਾ ਹੈ ਮੇਰੀ ਹਰ ਪਲ ਜਿੱਥੇ ਤੂੰ ਸੁਣਦੀ ਹੈ ਤੇਰੀ ਉੱਥੇ ਮੈਂ ਬੱਚੀ ਬਣ ਬਹਿਨੀ ਆ ਹਰ ਪਲ ਤੇਰੇ ਨਾਲ ਰਹਿਨੀ ਆ ਉਥੇ ਤੂੰ ਸਮਝਾਉਣਾ ਏ ਮੈਨੂੰ ਦੁਨੀਆਦਾਰੀ ਦਾ ਵੱਲ ਸਿਖਾਉਣਾ ਏ ਮੈਨੂੰ ਉਥੇ ਤੇਰੀਆਂ ਮੇਰੀਆਂ ਗੱਲਾਂ ਕੋਈ ਹੋਰ ਨਹੀਂ ਸੁਣਦਾ ਸੁ ਆਪਣੇ ਸੁਪਨਿਆਂ ਦੀ ਬੁੰਤੀ ਚ ਖੋਈ ਹੋਰ ਨਹੀਂ ਬਣਦਾ ਉਥੇ ਤੂੰ ਰਾਜਾ ਤੇ ਮੈਂ ਰਾਣੀ ਆ ਜਿੱਥੇ ਤੂੰ ਸਿਆਣਾ ਤੇ ਮੈਂ ਕਮਲੀ ਆ ਉਥੇ ਹਰ ਘੜੀ ਮੈਂ ਤੈਨੂੰ ਸਜਦਾ ਕਰਦੀ ਆ ਇਹੋਂ ਸੋਚ ਜੋ ਅਸਲੀਅਤ ਕਿੰਨਾ ਕਰਦੀ ਹੋਊਗੀ ਜਦ ਖਵਾਬਾਂ ਚ ਇੰਨਾ ਕਰਦੀ ਹੈ ਜਦ ਖਵਾਬਾਂ ਚ ਇੰਨਾ ਕਰਦੀ ਹੈ ਅਗਲੀ ਲਿਖਤ ਅਣਜਾਨ ਕੁੜੀ ਇੱਕ ਨਿੱਕੀ ਕੁੜੀ ਸੀ ਅਣਜਾਨ ਜਹੀ ਪਤਾ ਨਹੀਂ ਮੇਰੇ ਵਿੱਚੋਂ ਕਿ ਨੂੰ ਸੀ ਪਛਾਣ ਰਹੀ ਮੇਰੀ ਵੱਲ ਉਹ ਸੀ ਦੇਖੀ ਜਾਂਦੀ ਮਾਂ ਆਪਣੀ ਨੂੰ ਪਤਾ ਨਹੀਂ ਕੁਝ ਸੀ ਪੁੱਛੀ ਜਾਂਦੀ ਉਹਦੀ ਮੁਸਕਾਨ ਨੂੰ ਦੇਖ ਸਕੂਨ ਸੀ ਮਿਲਿਆ ਮੇਰਾ ਵੀ ਚਿਹਰਾ ਉਹਨੂੰ ਦੇਖ ਸੀ ਖਿਲਿਆ ਉਹ ਮੈਨੂੰ ਜਿਵੇਂ ਕੁਝ ਦੇਣ ਸੀ ਆਈ ਉਹਦੀ ਸੂਰਤ ਜਿੰਨੀ ਕੋਈ ਹੋਰ ਸੂਰਤ ਨਾ ਪਾਈ ਉਹਦੀਆਂ ਅੱਖਾਂ ਜਿਵੇਂ ਸਰੂਰ ਸੀ ਕੋਈ ਉਹਦੇ ਚਾਲ ਜਿਵੇਂ ਹਜ਼ੂਰ ਕੋਈ ਉਹਦੇ ਚਿਹਰੇ ਤੇ ਨੂਰ ਸੀ ਬਹੁਤਾ ਉਹਦਾ ਸਫ਼ਰ ਮੁੱਕ ਗਿਆ ਸੀ ਤੇ ਮੇਰਾ ਘਰ ਸੀ ਦੂਰ ਬਤਾ ਜਦੋਂ ਉਹ ਬਸ ਵਿੱਚ ਉਤਰਨ ਲੱਗੀ ਮੇਰੀ ਰੂਹ ਵੀ ਉਹਨੂੰ ਹੋਰ ਦੇਖਣ ਲਈ ਤੜਫਣ ਲੱਗੀ ਉਹ ਕਿਸੇ ਫਰਿਸ਼ਤੇ ਵਰਗੀ ਸੀ ਮਾਂ ਕਹਿੰਦੀ ਤੂੰ ਨਿੱਕੀ ਹੁੰਦੀ ਇਹਦੇ ਵਰਗੀ ਸੀ ਅੱਖਾਂ ਨੇ ਦੁਬਾਰਾ دیدار ਮੰਗਿਆ ਉਹਨੂੰ ਦੇਖ ਦੇਖ ਸਫ਼ਰ ਮੇਰਾ ਸੀ ਸੋਹਣਾ ਲੰਘਿਆ ਉਹਨੂੰ ਦੇਖ ਦੇਖ ਮੇਰਾ ਸੀ ਸਫ਼ਰ ਸੋਹਣਾ ਲੰਘਿਆ ਧੰਨਵਾਦ ਜੀ ਅਗਲੇ ਅਗਲੇ ਲੇਖ ਜਗਨਪ੍ਰੀਤ ਸਿੰਘ ਪਹਿਲੀ ਲਿਖਤ ਤਸਵੀਰ ਤੇਰੀ ਗੱਲਾਂ ਦੇ ਬਲਬਲੇ ਤੇ ਮਹਿਕ ਦੇ ਨੀਲ ਤੂੰ ਕੋਲ ਰਿਹਾ ਨਾ ਬਸ ਰਹਿ ਗਈ ਤਸਵੀਰ ਇਹ ਸੁੱਕੜੇ ਗੁਲਾਬ ਕਿਉਂ ਫੇਰ ਨਹੀਂ ਖਿਲਦੇ ਕਿਉਂ ਮਰ ਕੇ ਵੀ ਮੁੱਕੜੇ ਫੇਰ ਨਹੀਂ ਮਿਲਦੇ ਕਿਉਂ ਟੁੱਟ ਘਟ ਉਮਰੀ ਅਰਵਾਕੇ ਜਾਂਦੇ ਜਿਹੜੇ ਵਿਛੜੇ ਆਸ਼ਨਾ ਹਲਾਕੇ ਜਾਂਦੇ ਕੋਈ ਰਾ ਬੁਹਾ ਮੁਰ ਆਉਣ ਦਾ ਹੋਵੇ ਤੇਰੇ ਨਾਲ ਜੋ ਜਾਦਾ ਫਿਰ ਜਿਉਣ ਦਾ ਹੋਵੇ ਸੁਖਮਨ ਸੁੱਖਾਂ ਦਾ ਦੁਖਾਂਤਾ ਗਿਆ ਢਾਲ ਆਪ ਬਸਿਆ ਅਸਮਾਨ ਪਿੱਛੇ ਦਾ ਕੀ ਹਾਲ ਦਿਲਾਂ ਵਿੱਚ ਜਾਉਂਦਿਆ ਅਕੀਦਾ ਅਖੀਰ ਤੂੰ ਕੋਲ ਰਹਿਣਾ ਬਸ ਰਹਿ ਗਈ ਤੇਰੀ ਤਸਵੀਰ ਅਗਲੀ ਲਿਖਤ ਦੇਸ਼ ਤੇਨੂੰ ਵਿੱਚ ਕਵਿਤਾ ਲਿਖੀ ਜਾਮਾ ਤੇਰੇ ਤੋਂ ਹਾਂ ਪ੍ਰਭਾਵਿਤ ਮੈਂ ਮੈਂ ਮਰਾਂ ਕਵਿਤਾ ਅਮਰ ਰਹੀ ਤੇਰੇ ਇਸ਼ਕ ਦੀ ਕਰਾਂ ਇਵਾਦਤ ਮੈਂ ਤੈਨੂੰ ਕਲਮਾਂ ਵਿੱਚ ਮੈਂ ਬਨ ਕਿਤਾਬਾਂ ਵਿੱਚ ਕਰਾਂ ਨਵੇਸ਼ ਜਿੱਥੇ ਤੂੰ ਹਾਨਿਆ ਰਹਿੰਦਾ ਏ ਅੱਜ ਤੂੰ ਮੇਰਾ ਉਦੇਸ਼ ਅੱਜ ਤੂੰ ਮੇਰਾ ਉਦੇਸ਼ ਧੰਨਵਾਦ ਜੀ ਅਗਲੇ ਲੇਖਕ ਸਿਮਰਪ੍ਰੀਤ ਬਰਾੜ ਪਹਿਲੇ ਲਿਖਤ ਐਂਦਵਾਰ ਬੇਹੱਥਨ ਹੋ ਗਿਆ ਜਵਾਕੋ ਬਥੇਰਾ ਖੇਡ ਲਿਆਈ ਆਜੋ ਕਰੇ ਹੁਣ ਨਾ ਤੋਲੋ ਇਹ ਨਹੀਂ ਖੇਡ ਖੇਡ ਤੱਕਦੀ ਕੀ ਸੋਹਣੇ ਤੋਰੇ ਸੀ ਨਵਾਂ ਨਵਤ ਕੀ ਵੇਖ ਕੀ ਹਾਲ ਬਣਾ ਲਿਆ ਆਉਂਦਾ ਹੋਣਾ ਤੁਹਾਡਾ ਡੈਡੀ ਖੇਤੋਂ ਆ ਕੇ ਲੜੂਗਾ ਪਹਿਲਾਂ ਪਹਿਲਾਂ ਨਾ ਕੇ ਰੋਟੀ ਖਾ ਲੋ ਕਾਦਾ ਐ ਦਿਵਾਰ ਜਾਨ ਖਾਲੀ ਜਵੱਖਾ ਨੇ ਛੁੱਟੀ ਵਾਲੇ ਦਿਨ ਸਕੂਲ ਦਾ ਕੰਮ ਵੀ ਨਹੀਂ ਕਰਦੇ ਸਕੂਲ ਹੀ ਨਹੀਂ ਸਕੂਲ ਹੀ ਠੀਕ ਰਹਿੰਦੇ ਐ ਅਰਸੇ ਬੀਤ ਗਏ ਐ ਇਹ ਲਫ਼ਜ਼ ਸੁਣੇ ਨੂੰ ਕਿੰਨੇ ਸੋਹਣੇ ਦਿਨ ਸੀ ਕੱਲਾ ਐਤਵਾਰ ਹਫ਼ਤੇ ਦੇ ਸਾਰੇ ਦਿਨਾਂ ਤੋਂ ਖਾਸ ਸੀ ਹੁਣ ਨਾ ਉਹ ਬਚਪਨ ਨਾ ਝੜਕਾ ਐਤਵਾਰਤਾ ਜਿਵੇਂ ਕਿਤੇ ਰਾਹੀ ਭੁੱਲ ਗਿਆ ਧੰਵਾਦ ਜੀ ਅਗਲੀ ਲਿਖਤ ਉਹ ਤੈਨੂੰ ਪਤਾ ਹੈ ਜਦੋਂ ਤੂੰ ਰੁੱਸਦਾ ਹੈ ਮੈਨੂੰ ਆਏ ਲੱਗਦਾ ਜਿਵੇਂ ਮੇਰੇ ਪਿਆਰ ਦੀ ਬਗੀਚੀ ਤੇ ਕੋਈ ਹਨੇਰੀ ਮਿੱਟੀ ਪਾ ਗਈ ਪਾ ਗਈਏ ਬੜਾ ਪਰਦਾ ਜਿਹਾ ਲੱਗਣ ਲੱਗ ਜਾਂਦਾ ਹੈ ਮੇਰਾ ਆਲਾ ਦਵਾਲਾ ਮੈਨੂੰ ਪਰ ਮੈਨੂੰ ਸਭ ਤੋਂ ਚੰਗਾ ਲੱਗਦਾ ਹੈ ਆਪਦੀਆਂ ਰੀਜਾਂ ਦੇ ਰੁਮਾਲ ਨਾਲ ਇਹਦੇ ਕੱਲੇ-ਕੱਲੇ ਪੱਤੇ ਨੂੰ ਸਾਫ਼ ਕਰਨਾ ਫਿਰ ਚੰਗੀ ਚੰਗੀ ਲੱਗਣ ਲੱਗ ਜਾਂਦੀ ਹੈ ਹਨੇਰੀ ਹਰ ਪੱਤਾ ਚਮਕਣ ਲੱਗ ਜਾਂਦਾ ਹੈ ਮਿੱਕਾ ਛੱਡਣ ਲੱਗ ਜਾਂਦੀ ਹੈ ਮਿੱਟੀ ਵੀ ਤੇ ਵਕਤ ਨੂੰ ਵੀ ਵਕਤ ਮਿਲ ਜਾਂਦਾ ਹੈ ਨਵੀਆਂ ਅਜਾਦਾਂ ਦਾ ਵਰਕਾ ਲਿਖਣ ਦਾ ਧੰਨਵਾਦ ਜੀ ਅਗਲੇ ਲੇਖਕ ਲਖਤ ਚੀਤਲ ਕੁਮਾਰੀ ਪਹਿਲੀ ਲਖਤ ਬਾਪੂ ਪੁੱਤਾਂ ਨਾਲੋਂ ਵੱਧ ਕੇ ਮੈਨੂੰ ਚਾਵੇ ਚਾਹੇ ਸਾਰੀ ਦੁਨੀਆ ਖਿਲਾਫ ਹੋਵੇ ਪਰ ਫਿਰ ਵੀ ਮੇਰੇ ਨਾਲ ਖੜ ਜਾਵੇ ਬਿਨ ਔਕਣਾ ਦੀ ਪਰਵਾਹ ਕੀਤਾ ਸਭ ਦੁੱਖਾਂ ਨਾਲ ਉਹ ਲੜ ਜਾਵੇ ਮੈਨੂੰ ਆਪਣੇ ਬਾਪੂ ਜੋ ਰੱਬੀ ਨਜ਼ਰ ਆਵੇ ਸਦਾ ਸਲਾਮਤ ਰੱਖੇ ਮੇਰੇ ਬਾਪੂ ਨੂੰ ਵਾਹਿਗੁਰੂ ਉਹਨੂੰ ਮੇਰੀ ਵੀ ਉਮਰ ਲੱਗ ਜਾਵੇ ਧੰਨਵਾਦ ਜੀ ਅਗਲੀ ਲਿਖਤ ਦਿਲ ਤੇ ਦਿਮਾਗ ਸੱਜਣਾ ਵੇ ਤੂੰ ਸਾਨੂੰ ਪਹਿਚਾਨ ਨਹੀਂ ਪਾਇਆ ਕਿੰਨਾ ਤੈਨੂੰ ਕਰਦੇ ਸੀ ਪਿਆਰ ਇਹ ਤੂੰ ਜਾਣ ਨਹੀਂ ਪਾਇਆ ਅਸੀਂ ਨਵਾਇਆ ਸੀ ਰਿਸ਼ਤਾ ਦਿਲ ਨਾਲ ਉਹ ਤੈਨੂੰ ਪਸੰਦ ਨਾ ਆਇਆ ਜਿਨੇ ਨਵਾਇਆ دیਵਾਨਗ ਨਾਲ ਤੈਨੂੰ ਯਕੀਨ ਉਹਦੇ ਤੇ ਆਇਆ ਤੈਨੂੰ ਯਕੀਨ ਉਹਦੇ ਤੇ ਆ ਅਸੀਂ ਚੋਟ ਤੋਂ ਮੈਂ ਇਹ ਸਿੱਖ ਪਾਇਆ ਤੇ ਅੱਜ ਕੱਲ ਨਿਸਤੇ ਰਮਾਉਣ ਲਈ دل نہیں دماغ ہی کمایا دل نہیں دماغ ہی کمایا ਧੰਨਵਾਦ ਜੀ ਅਗਲੇ ਲੇਖਕ ਬਲਵਿੰਦ ਮਾਨਸਾ ਪਹਿਲੇ ਲਿਖ ਸਭ ਕੁਦਰਤ ਇਹ ਤਕਦੀਰ ਕਰਮ ਕਿਸਮਤ ਕੁਝ ਨਹੀਂ ਹੁੰਦਾ بس ਜੋ ਹੁੰਦਾ ਹੈ ਬੰਦੇ ਦੇ ਹੱਥ ਚ ਹੁੰਦਾ ਹੈ ਆਪਣੇ ਮੁਕੱਦਰਾਂ ਨੂੰ ਖੁਦ ਲਿਖ ਸਕਦਾ ਹੈ ਬੰਦਾ ਹੌਸਲਾ ਜਿਨ੍ਹਾਂ ਦੇ ਹੱਥ ਚ ਹੁੰਦਾ ਇੱਕ ਪਾਸੇ ਲੱਗੇ ਰਹੋ ਮਿਹਨਤ ਦਾ ਮੁੱਲ ਪੈ ਹੀ ਜਾਣਾ ਉਹ ਕਦੇ ਨਹੀਂ ਹਰਦੇ ਉਦਮ ਜੀ ਦੇ ਹੱਥ 'ਚ ਹੁੰਦਾ ਫਿਰਤੇ ਬੰਦਾ ਰੱਬ ਨੂੰ ਵੀ ਟਿੱਚ ਜਾਂਦਾ ਜੇ ਚੰਦ ਸੂਰਜ ਵੀ ਹੱਥ ਹੁੰਦਾ ਇਹ ਸਭ ਕੁਦਰਤ ਐ ਉਹ ਪਰਖਦੀ ਐ ਬੰਦੇ ਨੂੰ ਉਹ ਵੇਖਦੀ ਐ ਇਹ ਇਸ ਮਕਾਮ ਲਾਇਕ ਹੈ ਵੀ ਜਾਂ ਨਹੀਂ ਪਰ ਕੁਦਰਤ ਨੂੰ ਵੀ ਝੁਕਣਾ ਪੈਂਦਾ ਉੱਤੇ ਮੰਜਲੇ ਜਨੂਨ ਜੀ ਦੇ ਹੱਥ 'ਚ ਹੁੰਦਾ ਮੈਂ ਤੇ ਤੇ ਮੈਂ ਤੇ ਭੁੱਲ ਜਾਣਾ ਸੀ ਉਹਨੂੰ ਸੱਚ ਦੱਸਾਂ ਜੇ ਮੇਰੇ ਹੱਥ ਚ ਹੁੰਦਾ ਦੁਨੀਆ ਤਾਂ ਸੜ ਕੇ ਸੁਆਹ ਹੋ ਜਾਣੀ ਸੀ ਜੇ ਉਹਦਾ ਹੱਥ ਮੇਰੇ ਹੱਥ ਚ ਹੁੰਦਾ ਅਗਲੀ ਲਿਖਤ ਖਤ ਖਤ ਲਿਖ ਕੇ ਇੱਕ ਦਰਦ ਦਾ ਮੈਂ ਡਾਕੀਏ ਨੂੰ ਦੇ ਆਈਆਂ ਆਇਆ ਸੀ ਕਿੱਥੇ ਭੇਜਾਂ ਕਿਹਨੂੰ ਭੇਜਣਾ ਕੋਈ ਅਤਾ ਪਤਾ ਨਾ ਪਾਇਆ ਸੀ ਜੇਕਰ ਕੀਤਾ ਸੀ ਮੈਂ ਕਾਂ ਦਾ ਜੋ ਤਨੀਏ ਤੋ ਵੀ ਵਾਹ ਕਮਾਲ ਐ ਉਹਦੀ ਖੁਸ਼ਬੂ ਇੱਕ ਅਹਿਸਾਸ ਐ ਉਹ ਕਿੰਨਿਆਂ ਦਾ ਹੀ ਖਿਆਲ ਐ ਖੁਸ਼ਬੂ ਵਿੱਚ ਉਲਝਾ ਕੇ ਉਹਦਾ ਖਤ ਦੇ ਵਿੱਚ ਨਾ ਪਾਇਆ ਸੀ ਖਤ ਲਿਖ ਕੇ ਇੱਕ ਦਰਦ ਨਾਲ ਮੈਂ ਡਾਕੀਏ ਨੂੰ ਦੇ ਆਇਆ ਸੀ ਮਰਨ ਤੋਂ ਪਹਿਲਾਂ ਉਹਦੇ ਨਾਲ ਮੈਂ ਜ਼ਿੰਦਗੀ ਜਿਉਣਾ ਚਾਹੁੰਦਾ ਉਹਦੀ ਹੱਥ ਦੀ ਬਣੀ ਚਾਹੀ ਬੀਮਾ ਨਜ਼ਰਾ ਮਲਾਕੇ ਹੱਥ ਮਲਾਉਣਾ ਚਾਹਦਾ ਬਹੁਤ ਸੋਹਣੀਆਂ ਲੱਗਦੀਆਂ ਕੰਨਾਂ ਦੀਆਂ ਵਾਲੀਆਂ ਜਾਣ ਕੇ ਜਿਕਰ ਪਾਇਆ ਸੀ ਖਤ ਲਿਖ ਕੇ ਇੱਕ ਦਰਦਨਾ ਮੈਂ ਡਾਕੀ ਨੂੰ ਦੇ ਆਇਆ ਸੀ ਧੰਨਵਾਦ ਜੀ ਅਗਲੇ ਲੇਖਕ ਬਲਜੀਤ ਸਿੰਘ ਪਹਿਲੀ ਲੇਖਤ ਮੇਰਾ ਨਾਇਕ ਕਰਮ ਧਰਮ ਦਾ ਸੀ ਉਹ ਪੱਕਾ ਚੱਲਿਆ ਨਾ ਜ਼ਾਲਮ ਦਾ ਦਾਬਾ ਲੋਕਾਂ ਦੇ ਲਈ ਨੇ ਫਿਲਮਾਂ ਵਾਲੇ ਮੇਰਾ ਨਾਇਕ ਹੈ ਸ਼ਹੀਦ ਸਹਾਬਾ ਗਦਰ ਲਹਿਰ ਦਾ ਸੀ ਉਹ ਹੀਰੋ ਜਿਸ ਗੋਰੀਆਂ ਦੀ ਨੀਂਦ ਉਡਾਈ ਜਿੰਦ ਦੇਸ਼ ਕੌਮ ਲਈ ਸੀ ਵਾਰੀ ਨਾ ਨੇਜ ਲਈ ਸੀ ਕੋਈ ਲੜਾਈ ਛੱਡ ਦੁਨੀਆ ਦੀ ਫਲਵਾੜੀਓ ਮੈਂ ਕਾਂ ਵੰਡ ਗਿਆ ਬੰਗ ਗੁਲਾਬਾਂ ਚੁੰਮੇ ਰਸੇ ਜਿੰਨਾ ਜੋਵਨ ਦੀ ਰੁੱਤ ਏਤਿਆਸ ਉਹਨਾਂ ਦੇ ਪਏ ਭਲਾਈ ਬੰਡਾ ਭਾਈਚਾਰੇ ਵਿੱਚ ਜਿਸ ਪਾਈ ਖੋਤੀ ਜੋਧੇ ਮਹਾਤਮਾ ਕਹਿਲਾਈ ਪ੍ਰਚਾਰ ਮੀਡੀਆ ਝੂਠੇ ਦਾ ਕਰਦਾ ਕੋਈ ਹੀ ਪਰਦਾ ਸੱਚੀ ਅੰਕਤਾਬਾ ਗਲਤੀ ਸਾਡੇ ਬਜ਼ੁਰਗਾਂ ਵਿੱਚ ਵੀ ਸੀ ਜਿਨ੍ਹਾਂ ਸਾਨੂੰ ਨਾ ਕਿਸੇ ਸੁਣਾਏ ਬਲਜੀਤ ਦੇ ਵਰਗੇ ਨੌਜਵਾਨ ਜੋ ਝੂਠ ਬਲੋਂ ਨਾ ਜਾਂਦੇ ਵਰਗ ਲਈ ਰਹਿਮਤ ਉਸ ਪਰਮਾਤਮਾ ਦੀ ਆ ਰਾ ਦਿਖਾਉਂਦਾ ਜੋ ਸੱਚਾ ਬਾਬਾ ਅਗਲੀ ਲਿਖਤ ਬੇਲਗਾਮ ਜ਼ਿੰਦਗੀ ਬੇਲਗਾਮ ਚੱਲ ਰਹੀ ਹੈ ਜ਼ਿੰਦਗੀ ਕੋਈ ਟਹਿਰਾਵ ਨਹੀਂ ਖੁਦ ਹੀ ਡੁੱਬੇ ਹਾਂ ਸਮੁੰਦਰ ਵਿੱਚ ਗੁਨੇਗਾਰ ਬਹਾਵ ਨਹੀਂ ਦਿਲ 'ਚ ਖੁਸ਼ੀਆਂ ਨੂੰ ਦੱਬ ਲਿਆ ਗਮਾਂ ਦੇ ਸਦਰਾਂ ਨੇ ਜ਼ਿੰਦਗੀ ਦੁੱਖਾਂਤ ਦੀ ਕਵਿਤਾ ਰੋਮਾਂਟਿਕ ਕਵੀ ਨਹੀਂ ਸੱਲਦੇ ਨਹੀਂ ਹੁਣ ਫਟ ਸੱਜਣ ਦਿਲ ਤੇ ਵਜੇ ਗਹਿਰੇ ਨਹੀਂ ਟੁੱਟੇ ਹਾਂ ਹਕੀਕਤ ਹਕੀਕਤ ਵਿੱਚ ਯਾਰੋ ਇਕ ਕੋਈ ਖਵਾਬ ਨਹੀਂ ਪਹਿਚਾਨ ਕੇ ਵੀ ਮੈਨੂੰ ਉਹ ਅਣਜਾਨ ਜਿਹਾ ਦੱਸ ਗਏ ਉਹ ਬਦਲੇ ਬਦਲੇ ਦਿਸਦੇ ਪਹਿਲਾਂ ਜਿਹੇ ਜਨਾਬ ਨਹੀਂ ਬਲਜੀਤ ਬਚ ਬਹਿਰਾਮ ਦੁਨੀਆ ਤੋਂ ਰਹਿ ਦੂਰ ਦੂਰ ਹੋ ਕੇ ਹੱਦੋਂ ਵੱਧ ਬਦਲ ਗਈ ਦੁਨੀਆ ਰਹਿਣਾ ਕੋਈ ਹਿਸਾਬ ਧੰਨਵਾਦ ਜੀ ਅਗਲੇ ਲੇਖਕ ਜੇ ਕੇ ਸਿੰਘ ਪਹਿਲੀ ਲਿਖਤ ਅੱਲਾ ਨਵਾਜਿਆ ਅੱਲਾ ਕਿਉਂ ਰਾਮਾ ਮਮਤਾਜ਼ ਦੀ ਮਨਪੂਤ ਨਾ ਠਹਿਰੇ ਕਰਨੀ ਸੰਗ ਮਹਾਰਾਜ ਮਹਾਰਾਜ ਦੀ ਅੱਲਾ ਦੇ ਕਮਸਾ ਆਇਆ ਤੂੰ ਬਣ ਅੱਲਾ ਕੋਈ ਪਰਾਇਆ ਤੂੰ ਦਾਨੀ ਪਾਪੀ ਕਾਜ਼ਰ ਚਾਹੀ ਤੂੰ ਜਿੱਤ ਕੇ ਅੱਲਾ ਅੱਲਾ ਹਰਾਏ ਤੂੰ ਚੰਗਾ ਮੰਦਾ ਬੰਦਾ ਬਣ ਪਰ ਅੱਲਾ ਬਣ ਡਰ ਤੋ ਨਾ ਅੱਲਾ ਤੇ ਡਰ ਬਣ ਅੱਲਾ ਉਹੀ ਕਰ ਖੁਦ ਮੁਸੀਬਤੀ ਅੱਲਾ ਕਦੇ ਜ਼ੁਲਮ ਨਾ ਟਾਏ ਜੋ ਮਸੀਹਾ ਜੋ ਮਸੀਹਾ ਮੁਸੀਬਤਾਂ ਬਣ ਅੱਲਾ ਹੋ ਹੀ ਜਾਏ ਸਭ ਨਜ਼ਰਾਂ ਨੇ ਤੇਰੇ ਪਰ ਨਜ਼ਰੀ ਅੱਲਾ ਤੂੰ ਕੋਈ ਬਣ ਅੱਲਾ ਇਲਮ ਨਾ ਜਾਣੇ ਕੱਲਾ ਤੂੰ ਤੁਰਦੇ ਪ੍ਰਾਣੀ ਮਰ ਕੇ ਅੱਲਾ ਨੂੰ ਸਮਝਣ ਲਈ ਅੱਲਾ ਅੱਲਾ ਨੇ ਬਖਸ਼ੀ ਇੱਕ ਜ਼ੂਨ ਜ਼ਿੰਦਗੀ ਤੈਨੂੰ ਅੱਲਾ ਮਿਲਿਆ ਕਰਮ ਕਰਮ ਕਮਾਏ ਤੂੰ ਦੁੱਖ ਸੁੱਖ ਤੇਰੇ ਜੋ ਕਰਮ ਪਾਏ ਤੂੰ ਬਣ ਅੱਲਾ ਕਿਉ ਅੱਲਾ ਟਾਏ ਤੂੰ ਕੀ ਕੌਣ ਕਿਉ ਸਮਝ ਨਾ ਪਾਏ ਤੂੰ ਅੱਲਾ ਹੀ ਅੱਲਾ ਅੱਲਾ ਹੀ ਅੱਲਾ ਸਭ ਥਾਈ ਉਹੀ ਅੱਲਾ ਇਕੱਲਾ ਧੰਨਵਾਦ ਜੀ ਅਗਲੀ ਲਿਖਤ ਟੁੱਟੇ ਤਾਰੇ ਮੈਂ ਤੇਰੀ ਸੀ ਕਦੇ ਤੂੰ ਮੇਰਾ ਸੀ ਇਹ ਤੇਰੇ ਜਹਨ ਚ ਨਾ ਆਇਆ ਵਾਸਾ ਮੇਰਾ ਬਣਿਆ ਤਮਾਸਾ ਤੇਰਾ ਅੱਜ ਕਿਸੇ ਸਹਨ ਚ ਨਾ ਆਇਆ ਤੂੰ ਇੰਨਾ ਕਿਉਂ ਬਣੇ ਜ਼ਾਲਮ ਮੇਰਾ ਕਿਉਂ ਨਾ ਹੋਵੇ ਜਵਾਬ ਦੇ ਜਿਸ ਦਾ ਹੋਵੇਗਾ ਜਾ ਕੇ ਸ਼ਾਓਟ ਤੂੰ ਮੇਰਾ ਹੀ ਰਹੇਗਾ ਨਾ ਖਾਬ ਦੇ ਮੈਂ ਮਿੱਟੀ ਨਾਲ ਵੀ ਮਿੱਟੀ ਹਾਂ ਹਾਂ ਮਿੱਟੀ ਤੂੰ ਉੱਚਾ ਖਲੋ ਉੱਚਾ ਬਣ ਜਾ ਮੈਂ ਦਰਦਾਂ ਵਿੱਚ ਵੀ ਆ ਚੁੱਕ। ਤੂੰ ਰੋਲਾ ਪਾ ਕੇ ਚਪੀ ਤੱਕ ਹਾਂ। ਮੇਰੇ ਹੰਝੂ ਗੁਜ਼ਰਨ ਤੇਰੀ ਮੌਤ ਤੋਂ। ਗੁਜ਼ਰੇ লাশ ਮੇਰੀ লাশ ਤੇਰੀ ਹੋਗੀ। ਬਿਛੋੜਾ ਪਾ ਕੇ ਹੋ ਕੇ ਅੱਲਾ ਬੇਵਜਾ। ਮੇਰਾ ਹੋਵੇਂਗਾ ਤੂੰ ਮੈਥੋਂ ਦੂਰ ਹੋਗੀ। ਟੁੱਟੇ ਤਾਰੇ ਨਾ ਜੁੜਦੇ ਵੇਖੇ ਮੈਂ। ਆਪਾਂ ਕਿਵੇਂ ਜੁੜਾਂਗੇ ਚੂਰ ਹੋਗੇ। ਤੂੰ ਮੇਰਾ ਹਿੱਸਾ ਮੈਂ ਉਹੀ ਫੁਰਸਤ ਹਾਂ। ਜੇ ਮਿਲੀ ਤਾਂ ਤੈਨੂੰ ਆਪ ਆਕੇ ਮਿਲੀ ਜੇ ਜੀਣਾ ਸਿੱਖਿਆ ਐ ਮੇਥੋਂ ਮੈਂ ਕੁਦਰਤ ਹਾਂ ਜੂਨ ਮਿਲੀ ਤੈਨੂੰ ਤਾਂ ਮੈਨੂੰ ਪਾਕੇ ਮਿਲੀ ਧੰਨਵਾਦ ਜੀ ਅਗਲੇ ਲੇਖਕ ਬਸ਼ੰਬਰ ਅਵਾਂਖੀਆ ਪਹਿਲੇ ਲਿਖਤ ਕਲਮ ਤਿੱਖੀ ਜੋ ਤਲਵਾਰ ਕਲਮ ਕਰਦੀ ਡੂੰਗਾ ਵਾਰ ਕਲਮ ਸੱਚੇ ਸੁੱਚੇ ਲੇਖਕ ਦੀ ਕਰਦੀ ਨਹੀਂ ਵਪਾਰ ਕਲਮ ਉਹ ਵੀ ਸਾਡੀ ਆਪਣੀ ਹੈ ਸਰਹੰਦ ਤੋਂ ਜੋ ਪਾਰ ਕਲਮ ਗੱਲ ਜਵਾ ਦੀ ਦੱਬੀ ਵੀ ਛੱਟ ਕਰਦੀ ਇਜ਼ਹਾਰ ਕਲਮ ਆਈ ਤੇ ਜੇ ਆ ਜਾਵੇ ਪਲਟ ਦੇਵੇ ਸਰਕਾਰ ਕਲਮ ਦੂਰ ਵਸੇਂਦੇ ਸੱਜਣ ਤੱਕ ਭੇਜੇ ਰਜਵਾ ਪਿਆਰ ਕਲਮ ਗੀਤ ਗਜ਼ਲ ਤੇ ਕਵਿਤਾ ਦਾ ਸਰਜੇ ਨਿਤ ਸੰਸਾਰ ਕਲਮ ਹਰ ਪਾਸੇ ਹਰ ਪਾਸਾ ਵਿੱਚ ਸਾਹਿਤ ਦਾ ਮੁੱਢ ਤੋਂ ਹੈ ਆਧਾਰ ਕਲਮ ਸੁਖ ਦੁਖ ਦੇ ਵਿੱਚ ਨਾਲ ਰਹੇ ਯਾਰਾਂ ਦੀ ਹੈ ਯਾਰ ਕਲਮ ਧੰਨਵਾਦ ਜੀ ਅਗਲੀ ਲਿਖਤ ਅੱਖਰ ਗਮਾਂ ਚ ਜੀਣਾ ਸਿਖਾਉਣ ਅੱਖਰ ਕਿਰੋਂਦਿਆਂ ਨੂੰ ਹਸਾਉਣ ਅੱਖਰ ਸਮੇ ਸਮੇ ਤੇ तमाम ਸ੍ਰਿਸ਼ਟੀ ਮਟਾਉਣ ਵੀ ਤੇ ਰਚਾਉਣ ਅੱਖਰ ਕਈ ਦਿਲਾਂ ਵਿੱਚ ਦਰਾਰ ਪਾਉਂਦੇ ਕਈ ਦਿਲਾਂ ਨੂੰ ਮਿਲਾਉਣ ਅੱਖਰ ਉਨ੍ਹਾਂ ਦਾ ਰੱਬ ਹੈ ਸਦਾ ਜੋ ਦਿਲ ਵਿੱਚ ਮੁਹੱਬਤਾਂ ਦੇ ਬਸਾਉਣ ਅਕਰ ਕਿਵੇਂ ਗਜ਼ਲ ਕੋ ਕਹਾ ਉਨ੍ਹਾਂ ਨੂੰ ਬੇਵਜ਼ਨ ਜੋ ਲਗਾਉਣ ਅਕਰ ਜੇ ਕਰਨ ਰਹਿਮਤ ਤਾਂ ਆਦਮੀ ਦਾ ਮਿਆਰ ਉੱਚਾ ਉਠਾਉਣ ਅਕਰ ਆਵਾਮ ਨੂੰ ਨਿਤ ਹੀ ਲੀਡਰਾਂ ਦੇ ਭਲੇਖਿਆਂ ਵਿੱਚ ਪਾਉਣ ਅਕਰ ਧੰਨਵਾਦ ਜੀ ਅਗਲੇ ਲੇਖਕ ਰਗਵੀਰ ਸਿੰਘ ਪਹਿਲੀ ਲਿਖਤ ਸੱਜਣਾ ਦੇ ਅਫਸਾਨੇ ਸਾਡੀ ਸਮਝੋ ਵਾਰ ਹੋ ਗਏ ਕੁਝ ਅਫਸਾਨੇ ਸੱਜਣਾ ਦੇ ਬੀਤੇ ਪਲ ਜਦ ਖੁਸ਼ੀਆਂ ਦੇ ਉਦੋਂ ਹਾਲ ਨਾ ਪੁੱਛਣ ਆਏ ਕਿਉਂ ਜਦ ਤਬੀਅਤ ਸੀ ਮੁਸ਼ਕਲ ਵਿੱਚ ਉਦੋਂ ਨਾ ਕੋਈ ਲਿਹਾਜ਼ ਕੀਤਾ ਇਹ ਸੌਰੀ ਇਲਾਜ ਕੀਤਾ ਜਦ ਤਬੀਅਤ ਸੀ ਮੁਸ਼ਕਲ ਵਿੱਚ ਉਦੋਂ ਨਾ ਕੋਈ ਇਲਾਜ ਕੀਤਾ ਰਾਦੀ ਜਰ ਤਨਮਨ ਹੋਇਆ ਤੇ ਦੇਖ ਸਾਨੂੰ ਕਬਰਾਇ ਕਿਉਂ ਜਾਣਾ ਆਉਣਾ ਬਣਿਆ ਹੋਇਆ ਫਾਨੀ ਇਸ ਜਹਾਨ ਅੰਦਰ ਤੂੰ ਦੱਸ ਸਾਡੇ ਨਾਲੇ ਇੰਨੇ ਕੁਦਰਤ ਖੇਲਰ ਚਾਹੀਏ ਚੱਲ ਇਹ ਵੀ ਗੱਲ ਮੰਨ ਲਈ ਕਿ ਕਦੇ ਕਦੇ ਅਸੀਂ ਲਿਖਦੇ ਵਧੀਆ ਪਰ ਇਹ ਸੋਚੀ ਯਾਦ ਤੇਰੀ ਨੇ ਇੰਨੇ ਗੀਤ ਲਖਾਏ ਕਿਉ ਹਾਸੇ ਸਾਡੇ ਹੋਏ ਮੁਬਾਰਕ ਜਦ ਵੀ ਕਰੇ ਸਬਬ ਬਣਿਆ ਇਹ ਗੱਲ ਸਾਨੂੰ ਰੜ ਕੇ ਸਦਹੀ ਇੰਨੇ ਲੋ ਕਰਵਾਏ ਕਿ ਵਦਿਆ ਹੋਇਆ ਸਭ ਕੁਝ ਤੁਹਾਨੂੰ ਸਾਡਾ ਅੱਜ ਹੈ ਚੰਗਾ ਲੱਗਦਾ ਪਰ ਤੁਨੀ ਸਾਡੀ ਸੁਣ ਕੇ ਤੁਹਾਡੇ ਮੂੰਹ ਸਦਾ ਮਰ ਜਾਏ ਕਿਉਂ ਅਰਗਵੀਰ ਤੇਰੇ ਕੁਝ ਗੁਨਾਹ ਐਸੀ ਜਿਹੜੇ ਸਭ ਦੇ ਸਾਹਮਣੇ ਪਰ ਇਹਦਾ ਗਮ ਅਸੀਂ ਨੇ ਆਪਣੇ ਹੋਰ ਨੇ ਐਵਿਛ ਪਾਈ ਕਿਉਂ ਧੰਵਾਦ ਜੀ ਅਗਲੀ ਲਿਖਤ ਵਕਤਾਂ ਦੀ ਰੇਲ ਟਾਵਾ ਟੱਲਾ ਜਾਣੇ ਰੱਬ ਦੇ ਬਣਾਏ ਖੇਲ ਨੂੰ ਬਾਬਾ ਰੋਕਿਆ ਨਾ ਜਾਵੇ ਵਕਤਾਂ ਦੇ ਰੇਲ ਨੂੰ ਖੱਦੋ ਖੁੰਡੀ ਖੇਡਦੇ ਸੀ ਇਕੱਠੇ ਰਲ ਕੇ ਫੱਟੀਆਂ ਸਜਾਉਂਦੇ ਸੀ ਗਾਜੀ ਨੂੰ ਮਲ ਕੇ ਜਾਣਦਾ ਵੀ ਨਹੀਂ ਸੀ ਕੋਈ ਮੋਬਾਈਲ ਨੂੰ ਬਾਬਾ ਰੋਕਿਆ ਨਾ ਜਾਵੇ ਵਕਤਾਂ ਦੇ ਰੇਲ ਨੂੰ ਪਿੰਡਾਂ 'ਚ ਮਦਾਰੀ ਹੁਣ ਆਉਣਾ ਹਟ ਗਏ ਕੁਰਤੇ ਪਜਾਮੇ ਲੋਕ ਪਾਉਣਾ ਹਟ ਗਏ ਲੌਂਦੇ ਵਾਲਾਂ ਉੱਤੇ ਜੈਲ ਪਿੰਡੇ ਤੇ ਸਨੈਲ ਨੂੰ ਬਾਬਾ ਰੁੱਕਿਆ ਨਾ ਜਾਵੇ ਵਕਤਾਂ ਦੀ ਰੇਲ ਨੂੰ ਸੱਥਾਂ ਵਿੱਚ ਬਾਬੇ ਘੱਟ ਬੈੰਦੇ ਜੁੜ ਕੇ ਡੰਡੇ ਨਾਲ ਟਾਇਰ ਨੇ ਭਜਾਏ ਮੁੜ ਕੇ ਨੈਟ ਤੇ ਬਤਾਉਂਦੇ ਬੱਚੇ ਮਿਲੀਵੇਲ ਨੂੰ ਬਾਬਾ ਰੁੱਕਿਆ ਨਾ ਜਾਵੇ ਵਕਤਾਂ ਦੀ ਰੇਲ ਨੂੰ ਆਟੇ ਦੀ ਚਿੜੀ ਦੇ ਖੰਭ ਕਿਨੇ ਪੁੱਟਤੀ ਡੰਡਾ ਥੋਰ ਕਿਨੇ ਲਾਤਾ ਨਰਮੇ ਦੀ ਵਟਤੀ ਪੁੱਛਦਾ ਸੀ ਮੁੰਡਾ ਕਾਲਾ ਦਾਦੇ ਕਰਨੈਲੋਂ ਬਾਬਾ ਰੁੱਕਿਆ ਨਾ ਜਾਵੇ ਵਕਤਾਂ ਦੀ ਰੀਲ ਨੂੰ ਲੰਘ ਗਏ ਪੁਰਾਣੇ ਸਮੇਂ ਚੇਤਾ ਰਹਿ ਗਿਆ ਸੱਚ ਦੇ ਆ ਸ਼ੀਸ਼ਿਆ ਤੇ ਰੇਤ ਪੈ ਗਿਆ ਬਿਰਲਾ ਕੋਈ ਜੋੜੇ ਗੱਡੇ ਨਾਲ ਬੈਲ ਨੂੰ ਬਾਬਾ ਰੁੱਕਿਆ ਨਾ ਜਾਵੇ ਵਕਤਾਂ ਦੀ ਰੀਲ ਨੂੰ ਧੰਨਵਾਦ ਜੀ ਅਗਲੇ ਲੇਖੇ ਕ੍ਰਿਸ਼ਨ ਸਿੰਘ ਬਣਾਵਾਲੇ ਪਹਿਲੀ ਲਿਖਤ ਨਿਮਾਣੀ ਧੀ ਮੈਂ ਹਾਂ ਇੱਕ ਨਿਮਾਣੀ ਧੀ ਜੰਮਣ ਤੇ ਹੀ ਅੱਖ ਲੁਕੀ ਪੱਥਰ ਵੱਜਿਆ ਮਥੀਤੀ ਤੀ ਹੋਏ ਲੋਕੀ ਮੋ ਫੇਰ ਲੈਂਦੇ ਨੇ ਕੀ ਕਿਸੇ ਨੂੰ ਦੱਸੇ ਤੇ ਦੱਸੋ ਫਿਰ ਮੈਂ ਕਿੱਧਰ ਜਾਵਾਂ ਕਿਸੇ ਨੂੰ ਮੈਂ ਦੱਸਾਂ ਕੀ ਮੈਂ ਹਾਂ ਇੱਕ ਨਵਾਨੀ ਤੀ ਬੇਗਾਨੀ ਸ਼ਬਦ ਆਖ ਆਖ ਕੇ ਜੰਦਿਆਂ ਪਰਾਇਆ ਕਰ ਦਿੱਤਾ ਤੀਆਂ ਤਾਂ ਮਾੜੀਆਂ ਹੁੰਦੀਆਂ ਕਿ ਸਭ ਨੂੰ ਇਸ ਗੱਲ ਨਾਲ ਪਰ ਦਿੱਤਾ ਡਾਕਟਰ ਟੀਚਰ ਪਾਇਲਟ ਵੀ ਤੀਆਂ ਹੀ ਫਿਰ ਬਣ ਕਈ ਮੈਂ ਹਾਂ ਨਵਾਨੀਤੀ ਹੌਲੀ ਹੌਲੀ ਬਦਲੀਏ ਆਪਾਂ ਮੈੜੀ ਹੋਈ ਸੋਚ ਨੂੰ ਧੀਆ ਪੁੱਤ ਵਿੱਚ ਫਰਕ ਵਾਲੀ ਪੱਟੀਏ ਪੈੜੀ ਜੋਗ ਨੂੰ ਆਪਣਾ ਆਪ ਬਦਲ ਲੈ ਪਹਿਲਾਂ ਲੋਕਾਂ ਨੂੰ ਫਿਰ ਬਦਲ ਲੈ ਮੈਂ ਹਾਂ ਇੱਕ ਨਵਾਨੀਤੀ ਧੰਨਵਾਦ ਜੀ ਅਗਲੀ ਲਿਖਤ ਮੈਂ ਤੇ ਤੂੰ ਅੱਧਾ ਗੁਜ਼ਰ ਗਈ ਰਾਤ ਚਾਨਣੀ ਅੱਧਾ ਅਜੇ ਤੱਕ ਬਾਕੀ ਏ ਤਾਰਿਆਂ ਦੇ ਇਸ ਝੁੰਜਟ ਵਿੱਚੋਂ ਕੋਈ ਰੂ ਇਲਾਈ ਚਾਕੀਏ ਤੱਕਾਂ ਜਦ ਮੈਂ ਅੰਬਰ ਦੇ ਵਲ ਦਿਸਦੇ ਸੋਹਣੇ ਤਾਰੇ ਗਈ ਅੱਜ ਹਸੀਨ ਪਏ ਦਿਸਦੇ ਨਹੀਂ ਪਲ-ਪਲ ਵਿੱਚ ਟੁੱਟਣ ਵਾਲੇ ਗਈ ਮੈਂ ਤੇ ਤਾਰਾ ਇੱਕੋ ਵਰਗੀ ਪਤਾ ਨਹੀਂ ਕਦ ਟੁੱਟ ਜਾਣਾ ਧੋਖੇ ਵਾਲੇ ਭੈੜੇ ਨਗਰ ਚ ਨਾ ਜਾਣਾ ਕਦ ਲੁੱਟ ਜਾਣਾ ਚੰਦ ਤੇ ਤੇਰੇ ਵਰਗਾ ਜਾਪੀ ਜੀਨੂੰ ਤਾਰਿਆਂ ਦਾ ਕੋਈ ਫਰਕ ਨਹੀਂ ਗੱਲ ਤੇ ਆਖਰ ਉਹੋ ਹੋਣੀ ਜਿਸ ਵਿੱਚ ਮੇਰਾ ਅੱਜ ਕਰਨਾ ਹੀ ਮਿੱਟੀ ਦੇ ਵੱਲ ਮੈਂ ਦੇਖ ਕੇ ਹੌਸਲਾ ਦਿੱਤਾ ਹੈ ਹਿਰਦੇ ਨੂੰ ਉਤੋਂ ਹੀ ਬਸ ਵਧੀਆ ਲੱਗਦਾ ਪੁੱਛੋ ਤਾਂ ਜਰਾ ਹਿਰਦੇ ਨੂੰ ਧੰਨਵਾਦ ਜੀ ਅਗਲੇ ਲੇਖਕ ਜਸਮੀਤ ਸਿੰਘ ਮੀਤ ਪਹਿਲੀ ਲੇਖ ਨਫਰਤ ਮੈਨੂੰ ਨਫਰਤ ਹੈ ਮੀਤ ਤੇਰੇ ਤੇ ਤੇਰੀਆਂ ਬਾਤਾਂ ਨਾਲ ਤੇਰੇ ਲਿਖੇ ਹੋਏ ਸਹਿਜ ਜਿਹੇ ਅਲਫਾਜ਼ਾਂ ਨਾਲ ਤੇਰੀ ਯਾਦ ਦਲਾਂਜੋ ਇਸ਼ਕ ਦੀਆਂ ਕਿਤਾਬਾਂ ਨਾਲ ਮੈਨੂੰ ਨਫ਼ਰਤ ਤੇ ਮੀਤ ਇਹਨਾਂ ਚੰਦ ਤੇ ਤਾਰਿਆਂ ਨਾਲ ਜੋ ਗੱਲਾਂ ਨਾਲ ਤੋੜੇ ਤੂੰ ਉਹਨਾਂ ਲਾਰਿਆਂ ਨਾਲ ਜੋ ਕਰੇ ਮੁਹੱਬਤ ਜਿਸ ਨੂੰ ਮੇਰੀ ਉਸ ਮਸੂਮੀਅਤ ਨਾਲ ਮੈਨੂੰ ਨਫ਼ਰਤ ਤੇ ਮੀਤ ਇਹ ਬੱਦਲ ਤੇ ਕਣੀਆਂ ਨਾਲ ਤੇਰਾ ਅਹਿਸਾਸ ਕਰਾਉਣ ਵਾਲੀ ਇਹ ਬਰਸਾਂਤ ਦੇ ਨਾਲ ਤੇਰਾ ਜ਼ਿਕਰ ਕਰੇ ਜੋ ਉਹਨਾਂ ਰਾਹਾਂ ਦੇ ਨਾਲ ਮੈਨੂੰ ਨਫ਼ਰਤ ਦੀ ਉਮੀਦ ਤੇਰੇ ਤੇ ਤੇਰੀਆਂ ਬਾਤਾਂ ਨਾਲ ਧੰਨਵਾਦ ਜੀ ਅਗਲੀ ਲਿਖਤ ਮੁਹੱਬਤ ਮੈਨੂੰ ਹਰ ਰੋਜ਼ ਮੁਹੱਬਤ ਹੁੰਦੀ ਹੈ ਇੱਕ ਨਹੀਂ ਕਈ ਵਾਰ ਹੁੰਦੀ ਹੈ ਇੱਕ ਨਵੀਂ ਥਾਂ ਤੇ ਇੱਕ ਨਵੇਂ ਸ਼ਖਸ ਨਾਲ ਇੱਕ ਨਵੇਂ ਵਕਤ ਤੇ ਇੱਕ ਨਵੀਂ ਸ਼ਹਿਰ ਨਾਲ ਹੁੰਦੀ ਹੈ ਪਰ ਹੁੰਦੀ ਹਰ ਵਾਰ ਤੇਰੇ ਨਾਲ ਤੇਰੇ ਅਹਿਸਾਸ ਨਾਲ ਕਰੇ ਜੋ ਜੇਕਰ ਤੇਰਾ ਉਸ ਹਵਾ ਨਾਲ ਹੁੰਦੀ ਏ ਤੇਰੇ ਹੀ ਕਿਰਦਾਰ ਨਾਲ ਮੈਨੂੰ ਹਰ ਰੋਜ਼ ਮੁਹੱਬਤ ਹੁੰਦੀ ਏ ਤੇਰਾ ਅਹਿਸਾਸ ਕਰਾਉਣ ਵਾਲੇ ਹਰ ਅਹਿਸਾਸ ਨਾਲ ਹੁੰਦੀ ਏ ਤੇਰੀ ਯਾਦ ਦਲਵਾਉਣ ਵਾਲੀ ਸੁਗੰਧ ਨਾਲ ਹੁੰਦੀ ਏ ਤੈਨੂੰ ਵਿਆਨ ਕਰੇ ਜੋ ਉਸ ਕਤਾਬ ਨਾਲ ਹੁੰਦੀ ਏ ਇੱਕ ਨਹੀਂ ਹਜ਼ਾਰ ਵਾਰ ਹੁੰਦੀ ਏ ਮੈਨੂੰ ਤੇਰੇ ਤੇ ਤੇਰੇ ਅਹਿਸਾਸ ਨਾਲ ਹਰ ਰੋਜ਼ ਮੁਹੱਬਤ ਹੁੰਦੀ ਏ ਧੰਨਵਾਦ ਜੀ ਅਗਲੇ ਲੇਖਕ ਸੁਖਦੀਪ ਕੌਰ ਪਹਿਲੀ ਲਿਖਤ ਨਜ਼ਮ ਮੈਨੂੰ ਜਿਉਣਾ ਨਹੀਂ ਆਉਂਦਾ ਸੀ ਦੁਨੀਆ ਤੇ ਦੁਨੀਆ ਨੇ ਜਿਉਣਾ ਸਿਖਾ ਦਿੱਤਾ ਮੈਨੂੰ ਤੁਰਨਾ ਨਹੀਂ ਆਉਂਦਾ ਸੀ ਦੁਨੀਆ ਨੇ ਰਸਤਾ ਦਿਖਾ ਦਿੱਤਾ ਮੈਨੂੰ ਠੋਕਰਾਂ ਤੋਂ ਡਰ ਲੱਗਦਾ ਸੀ ਮੈਨੂੰ ਆਪਣਿਆਂ ਨੇ ਠੋਕਰਾ ਦਿੱਤਾ ਮੈਨੂੰ ਪੜ੍ਹਨਾ ਨਹੀਂ ਆਉਂਦਾ ਸੀ ਅੰਦਰਲੇ ਕਵੀ ਨੇ ਸਭ ਚਿਹਰਾ ਪੜਾ ਦਿੱਤਾ ਮੈਨੂੰ ਟੁੱਟਣਾ ਨਹੀਂ ਆਉਂਦਾ ਸੀ ਅੰਬਰੋਂ ਟੁੱਟਦੇ ਤਾਰੇ ਨਹੀਂ ਅੰਦਰੋਂ ਟੁੱਟਣਾ ਸਿਖਾ ਦਿੱਤਾ ਮੈਨੂੰ ਵਗਣਾ ਨਹੀਂ ਆਉਂਦਾ ਸੀ ਦਰਿਆਵਾਂ ਨੇ ਵਗਣਾ ਸਿਖਾ ਦਿੱਤਾ ਧੰਨਵਾਦ ਜੀ ਅਗਲੀ ਲਿਖਤ ਫੁੱਲ ਫੁੱਲਾਂ ਦੀ ਕੀ ਜ਼ਿੰਦਗੀ ਫੁੱਲ ਫਿਰ ਵੀ ਹੱਸਦੇ ਨੇ ਚੱਪਾ ਕੋ ਜ਼ਿੰਦਗੀ ਹੁੰਨ ਖੜਖੜ ਹੱਸਦੇ ਨੇ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਅਸੀਂ ਕੱਲ ਮੰਦਰ ਚੜਨਾ ਹੈ ਜਾਂ ਕਬਰ ਕਬਰਸਤਾਨ ਇੰਨਾ ਹੀ ਨਹੀਂ ਪਲ ਝਲਕ ਚ ਜਸ਼ਨ ਮਨਾ ਕੇ ਅਸੀਂ ਪੈਰਾਂ ਚ ਕਾਤਲ ਬਣ ਜਾਂਦੇ ਹਾਂ ਇਹ ਸਾਡੀ ਦੁਨੀਆ ਸ਼ੁਰੂ ਤੋਂ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ। ਧੰਨਵਾਦ ਜੀ। ਅਗਲੇ ਲੇਖਕ ਦੀਪ ਗੁਰਦੀਪ। ਪਹਿਲੀ ਲੇਖਤ ਤੇਰੀ ਅਕੜ। ਸਾਡੇ ਵੇੜੇ ਸੱਜਣਾ ਤੂੰ ਧਰੇ ਜਦੋਂ ਪੈਰ ਵੀ। ਇਹ ਵੇੜੇ ਚਾਵਾਂ ਵਾਲੀ ਬਗਤਾਂ ਦੀ ਨਹਿਰ ਵੀ। ਗੜਵੀਆਂ ਛੰਨੇ ਵੀ ਕੋਈ ਛੇੜ ਲੈਂਦੇ ਗੀਤ ਮਿੱਠਾ। ਹਾਰੇ ਤੇ ਮਧਾਨੀਆਂ ਵੀ ਮੰਗਦੇ ਨੇ ਖੈਰ ਵੀ। ਪੀੜੀਆਂ ਪ੍ਰਾਂਤਾਂ ਪੀੜੀਆਂ ਪ੍ਰਤਾਂ ਤੇਰੇ ਦਰਸ਼ਕ ਦਦਾਰ ਦੇ ਲਈ ਪੱਬਾਂ ਭਰ ਰਹਿੰਦੀਆਂ ਨੇ ਚੰਨਾ ਚਾਰੇ ਪੈਰ ਵੀ ਨਿੰਮਾ ਨੂੰ ਪਤਾ ਸੀ ਕਿਕਰਾਂ ਨੂੰ ਲੱਗ ਜਾਣੇ ਮੋਤੀ ਫੱਗਣ ਦੀ ਰੁੱਤ ਸਾਨੂੰ ਲੱਗਦੀ ਦੁਪਹਿਰ ਵੀ ਤੈਨੂੰ ਤੱਕ ਚੜ੍ਹੇ ਸੂਰਜ ਦੇ ਤਾਰੇ ਗੱਲਾਂ ਕਰਦੇ ਨੇ ਤੱਕਦਾ ਇਹ ਚੰਨ ਤੈਨੂੰ ਚੰਨਾ ਠਹਿਰ ਠਹਿਰ ਵੀ ਵਗਦੇ ਨੇ ਆਵਸਾਰ ਛਣਕਣ ਵੰਗਾ ਜਦੋਂ ਇਸ਼ਕ ਤੇਰੇ ਦੀ ਉਹਨਾਂ ਚੜੀ ਲੱਗੇ ਲਹਿਰਵੇਂ ਕੱਕੇ ਕੱਕੇ ਰੇਤੇ ਤੈਨੂੰ ਰਹਿੰਦੇ ਨੇ ਉੜੀ ਗਦੇ ਰਹਿੰਦੇ ਨੇ ਉਤਾਵਲੇ ਇਹ ਚੁੰਮਣੇ ਨੂੰ ਪੈਰਵੇਂ ਦਲੇ ਮਲੂਕ ਮੇਰਾ ਜਿਵੇਂ ਫੁੱਲ ਸਰੋਂਦਾ ਵੀ ਹੜਾ ਵਰਤਨਾ ਜਾਨੀ ਕਦੇ ਕੋਈ ਕੈਰ ਵੀ ਹੜਾ ਵਰਤਨਾ ਜਾਨੀ ਕਦੇ ਕੋਈ ਕੈਰ ਵੀ ਧੰਨਵਾਦ ਜੀ ਅਗਲੀ ਲੇਖ ਤੇਰੀ ਆਦਮ ਤੇਰੀ ਆਕਰ ਨੇ ਇੱਕ ਦਿਨ ਸਾਨੂੰ ਲੈ ਲੈਣਾ ਪਿੱਛੋ ਤੂੰ ਰੋ ਰੋ ਸੱਜਣਾ ਇਹੀ ਹਾਲਹਿ ਕਹਿਣਾ ਚੱਲ ਉੱਠ ਕੇ ਤੇਰੇ ਬਿਨ ਸਾਡਾ ਨਹੀਂ ਸਰਦਾ ਤੂੰ ਕਰਨੇ ਬਹੁਤ ਸਵਾਲ ਅਸੀਂ ਨੇ ਚੁੱਪ ਰਹਿਣਾ ਕਿਉਂ ਕਦਰ ਕਰੇ ਨਾ ਹੁਣ ਤੂੰ ਸਾਡੇ ਪਿਆਰ ਦੀ ਹਰ ਇੱਕ ਨੂੰ ਨਹੀਂ ਨਸੀਬ ਹੁੰਦਾ ਇਹ ਪਿਆਰ ਕਹਿਣਾ ਤੇਰੇ ਦੁੱਖ ਮੈਨੂੰ ਆ ਲੱਗਣ ਖੈਰ ਹੋਵੇ ਸਦਾ ਤੇਰੀ ਅਸੀਂ ਆਪੇ ਹੀ ਸਿੱਖ ਜਾਣਾ ਏ ਇਹ ਦਰਦਾਂ ਨੂੰ ਸਹਿਣਾ ਉੱਚਿਆਂ ਦੇ ਮੈਲਾਂ ਵਾਲੇ ਸਾਕ ਮੁਬਾਰਕ ਹੋਣ ਤੇ ਨਹੀਂ ਅਸੀਂ ਜਾਦਾਂ ਦੇ ਮੀਂਹ ਵਿੱਚ ਟਾਰਿਆਂ ਵਾਂਗ ਟਹਿਣਾ ਧੰਵਾਦ ਜੀ ਅਗਲੇ ਲੇਖਕ ਡਾਕਟਰ ਹਰਮਨ ਪ੍ਰੀਤ कौर ਪੰਦੇਰ ਰਾਜਾ ਪਿਆ ਇੱਕ ਰਾਜਾ ਹੀ ਹੁੰਦਾ ਏ ਉਹ ਪਿੱਤਾ ਜੋ ਆਪਣੇ ਬੱਚਿਆਂ ਨੂੰ ਹਰ ਉਹ ਸੁੱਖ ਦੇਣ ਦੀ ਕੋਸ਼ਿਸ਼ ਕਰਦਾ ਸ਼ਾਇਦ ਜੋ ਉਹਦੀ ਪਹੁੰਚ ਤੋਂ ਵੀ ਪਰੇ ਹੁੰਦੇ ਨੇ ਇੱਕ ਰਾਜਾ ਹੀ ਹੁੰਦਾ ਉਹ ਪਿਤਾ ਜੋ ਗਰਮੀ ਸਰਦੀ ਮੀਂਹ ਹਨੇਰੀ ਦੀ ਪਰਵਾਹ ਨਹੀਂ ਕਰਦਾ ਤੇ ਮਿਹਨਤ ਕਰਦਾ ਕਿ ਉਹ ਬੱਚੇ ਚੰਗੇ ਭਵਿੱਖ ਬਣਾ ਸਕਣ ਇੱਕ ਰਾਜਾ ਹੀ ਹੁੰਦਾ ਉਹ ਪਿਤਾ ਜੋ ਆਪਣੀਆਂ ਧੀਆਂ ਨੂੰ ਵਿਆਹ ਕੇ ਤੋਰ ਦਿੰਦਾ ਤੇ ਅਰਦਾਸ ਕਰਦਾ ਮਾਲਕਾ ਮੇਰੇ ਘਰ ਤੋਂ ਵੱਧ ਮੇਰੀ ਧੀ ਨੂੰ ਉਹਦੇ ਸਹੁਰੇ ਖੁਸ਼ੀਆਂ ਮਿਲਣ ਇੱਕ ਰਾਜਾ ਹੀ ਹੁੰਦਾ ਉਹ ਪਿਤਾ ਜੋ ਇੱਕ ਇੱਕ ਪੈਸਾ ਜੋੜਦਾ ਜ਼ਮੀਨ ਜਾਇਦਾਦ ਬਣਾਉਂਦਾ ਤੇ ਪੁੱਤ ਦੇ ਜਵਾਨ ਹੋਣ ਤੇ ਉਹਨੂੰ ਸੌਂਪ ਦਿੰਦਾ ਇੱਕ ਰਾਜਾ ਹੀ ਹੁੰਦਾ ਉਹ ਪਿਤਾ ਇੱਕ ਰਾਜਾ ਹੀ ਹੁੰਦਾ ਪਿਤਾ ਅਗਲੀ ਲਿਕ ਪ੍ਰਦੇਸਨ ਦੇਸੋਂ ਪ੍ਰਦੇਸ ਜਾਣਾ ਹੀ ਪਰਦੇਸੀ ਨਹੀਂ ਬਣਾਉਂਦਾ ਪਰਦੇਸੀ ਤਾਂ ਉਹ ਧੀ ਵੀ ਹੋ ਜਾਂਦੀ ਜੋ ਵਿਆਹ ਤੋਂ ਬਾਅਦ ਆਪਣੀ ਮਰਜ਼ੀ ਨਾਲ ਪੇਕੇ ਨਹੀਂ ਜਾ ਸਕਦੀ। ਵੀਜ਼ਾ ਇਮੀਗ੍ਰੇਸ਼ਨ ਆਫੀਸਰ ਦੇ ਵਾਂਗੂ ਜਦ ਸਸ ਪੁੱਛਦੀ। ਕੀ ਕੰਮ ਹੈ? ਕਿੰਨਾ ਟਾਈਮ ਲਾਉਣਾ? ਜਦ ਚੈਕਿੰਗ ਆਫੀਸਰ ਵਾਂਗੂ ਉਹਦੇ ਬੈਗ ਪੈਕ ਕਰਦੀ ਤੇ ਨਜ਼ਰ ਹੁੰਦੀ। ਕੀ ਲੈ ਕੇ ਚੱਲੇ ਤੇ ਕੀ ਲੈ ਕੇ ਆਈ ਹੈ? ਪਰਦੇਸੀ ਤੌਤੀ ਵੀ ਹੁੰਦੀ। ਜੇ ਆਪਣੇ ਮਾਪਿਆਂ ਨੂੰ ਮਿਲਣ ਲਈ ਆਗਿਆ ਮਿਲ ਜਾਂਤੇ, ਐਵੇਂ ਖੁਸ਼ ਹੁੰਦੀ। ਜਿੱਦਾਂ ਰਿਫਿਊਜ਼ਲ ਤੋਂ ਬਾਅਦ ਵੀਜ਼ਾ ਲੱਗ ਜਾਏ ਪਰਦੇਸੀ ਤਾਂ ਉਹ ਤੀਵੀ ਹੁੰਦੀ ਧੰਨਵਾਦ ਜੀ ਅਗਲੇ ਲੇਖਕ ਨਾਮ ਕੋਮਲਪ੍ਰੀਤ ਕੋਰ ਪਹਿਲੇ ਲਿਖਦੇ ਜਾਤ ਪਾਤ ਦਾ ਫਿਕਰ ਨਹੀਂ ਕਰਨਾ ਪੰਜ ਆਬ ਦਾ ਹੈ ਹਸੀਨ ਜੀਰਾ ਜਿਹਨੂੰ ਚਮਕਾਇਆ ਇਹ ਸਰਦਾਰਾਂ ਨੇ ਜਾਤ ਪਾਤ ਦਾ ਫਿਕਰ ਨਹੀਂ ਕਰਨਾ ਦੱਸਿਆ ਇਹ ਹਰਮੰਦਰ ਦੀਆਂ ਚਾਰ ਦਰਵਾਜ਼ਾ ਨੇ ਜਿੱਥੇ ਅਜੂਬਾ ਜੋ ਦਿਖਾਉਂਦਾ ਜਾਦਾਂ ਪੁਰਾਣੀਆਂ ਨੇ ਹੀਰ ਰਾਂਝੇ ਦੀਆਂ ਸੱਚੀਆਂ ਕਹਾਣੀਆਂ ਨੇ ਜਿੱਥੇ ਲੜੇ ਜੋਧ ਜੁਦ ਚਮਕੌਰ ਦੇ ਵਿੱਚ ਤੇ ਸਿਨੇ ਖੂਬੀਆਂ ਲੱਖਾਂ ਤਲਵਾਰਾਂ ਨੇ ਜਾਤ ਪਾਤ ਦਾ ਫਰਕ ਨਹੀਂ ਕਰਨਾ ਦੱਸਿਆ ਇਹ ਹਰਮੰਦਰ ਦੀਆਂ ਚਾਰ ਦਰਵਾਜ਼ਾ ਨੇ ਜਿਲਿਆਂ ਵਾਲਾ ਬਾਗ ਹੈ ਮਹਾਨ ਜਿੱਥੇ ਵਾਰੀ ਕਿੰਨੇ ਲੋਕਾਂ ਨੇ ਜਾਣ ਬੇਠਣੀ ਲੱਗਣ ਦਿੱਤੀ ਦੇਸ ਦੀ ਉਸ ਸਮੇਂ ਤੇ ਦੇ ਬਹਾਦਰ ਮੁਖਤਿਆਰਾਂ ਨੇ ਜਾਤ ਪਾਤ ਦਾ ਫਰਕ ਨਹੀਂ ਕਰਨਾ ਦੱਸਿਆ ਹਰਮੰਦਰ ਦੀਆਂ ਚਾਰ ਦਰ ਦਵਾਰਾਂ ਨੇ ਬਾਗ ਝੀਲਾਂ ਹਸੀਨ ਨੇ ਇੱਥੇ ਦੀਆਂ ਹਵਾਵਾਂ ਵੀ ਰੰਗीन ਨੇ ਇੱਥੇ ਦੀਆਂ ਲਫ਼ਜ਼ਾਂ ਵਿੱਚ ਵਿਆਣੀ ਹੋਣੀ ਐ ਪੰਜਾਬ ਦੀਆਂ ਰੰਗਲੀਆਂ ਬਹਾਰਾਂ ਨੇ ਜਾਤ ਪਾਤ ਦਾ ਫਰਕ ਨਹੀਂ ਕਰਨਾ ਦੱਸਿਆ ਹਰਮੰਦਰ ਦੀਆਂ ਚਾਰ ਦਰ ਦਵਾਰਾਂ ਨੇ ਅਗਲੀ ਲੇਖਕ हां मैं बन्दा हूं अपनी औरत ਤੇ ਹੱਥ ਚੁੱਕ ਪੰਜ ਪਿੰਡਾਂ ਚ ਕਰ ਦਿੰਦਾ ਚਰਮੰਦਾ ਹਾਂ ਮੈਂ ਬੰਦਾ ਬਾਂਗ ਪਸ਼ੂ ਹਾਂ ਹਫਸਦੀਪ ਭੁਖ ਵਿੱਚ ਇਸ਼ਕ ਕਰਦਾ ਮੈਂ ਗੰਦਾ ਹਾਂ ਹਾਂ ਮੈਂ ਬੰਦਾ ਮਸੂਮ ਜਿਹੇ ਜਦਵਾਤਾਂ ਨੂੰ ਦਵਾ ਕੇ ਰੋਬ ਕਰਦਾ ਮੈਂ ਤੰਦਾ ਹਾਂ ਹਾਂ ਮੈਂ ਬੰਦਾ ਮਸੂਮ ਜਿਹੇ ਜਨਾਨੀ ਜਵਾਕ ਕੁੱਟ ਕੇ ਕਰਦਾ ਮੈਂ ਮਨ ਢੰਡਾ ਹਾਂ ਹਾਂ ਮੈਂ ਬੰਦਾ ਹਾਂ ਮੂੰਹ ਤੇ ਚੜਾ ਕੇ ਟੇਪ ਕਰਕੇ ਰੇਪ ਉਤਾਰ ਦਾ ਸਰਦ ਹਾਂ ਹਾਂ ਮੈਂ ਮਰਦ ਹਾਂ ਜੁਰਮ ਕਰਦੇ ਹੋ ਸਮਝ ਕੇ ਆਪਣੀ ਸ਼ੌਰ ਤੁਹਾਡੀਆਂ ਪੀੜਾਂ ਥੱਲੇ ਮਰ ਜਾਣਾ ਹਾਂ ਮੈਂ ਔਰਤ ਧੰਨਵਾਦ ਜੀ ਅਗਲੇ ਲੇਖਕ ਬਲਕਾਰ ਸਿੰਘ ਸੋਚ ਪਹਿਲੀ ਲਿਖਤ ਸੋਚਣੀ ਪੁੱਤ ਹੋਵੇ ਮਾੜਾ ਪੰਡ ਦੇ ਸੱਤ ਤੇ ਬਈਏ ਨਾ ਦੋਸਤੀ ਪਵਾ ਕੇ ਫਿੱਕਾ ਜਦੋਂ ਭਾਈਆਂ ਚ ਤਾਂ ਦੋਸ਼ੀ ਗਵੰਡੀ ਨੂੰ ਕਹੀਏ ਨਾ ਦੁਸ਼ਮਣ ਹੋਵੇ ਜੇ ਲਕਮਾੜਾ ਬਦਲਾ ਲੈਣ ਲਈ ਉਸ ਵਰਗੀ ਸੋਚ ਦਿਮਾਗ ਚ ਘੜੀਏ ਨਾ ਬਣ ਨਾ ਜਾਵੇ ਰੈ ਦਾ ਰਾਈ ਦਾ ਪਹਾੜ ਬਲਕਾਰਾ ਗੁੱਸੇ ਚ ਵੀ ਮਾਰਾ ਕਿਸੇ ਨੂੰ ਕਹੀਏ ਨਾ ਅਰਾ ਜਾਂਦਾ ਜਾ ਬੈਠ ਕੇ ਕੋਈ ਗੱਲ ਕਰ ਲਵੀ ਤਾਂ ਇਸ ਬਾਤ ਚਿਤ ਨੂੰ ਕਦੇ ਪਿਆਰ ਦਾ ਨਾਂ ਦਈਏ ਨਾ ਬੈਠ ਸੱਤ ਵਿੱਚ ਆਪਣੇ ਮੂੰਹੋਂ ਮੀਂਹ ਮਿੱਠੂ ਬਣੀਏ ਨਾ ਉਹ ਸ਼ੀਆ ਗੱਲਾਂ ਕਦੇ ਸੱਤ ਵਿੱਚ ਕਹੀਏ ਨਾ ਬੜਾ ਮਾਨ ਹੁੰਦਾ ਬਜ਼ੁਰਗਾ ਨੂੰ ਆਪਣੇ ਤਜਰਬਿਆਂ ਦਾ ਤੈਨੂੰ ਕੀ ਪਤਾ ਕਹਿ ਕੇ ਖੁਦ ਤੇ ਮਾਨ ਕਦੇ ਕਰੀਏ ਨਾ ਅਗਲੀ ਲਿਖਤ ਦੁਖਾਂਤ ਮੈਂ ਬਣਾਦੇ ਆਂ ਦੀਵਿਆਂ ਦੀ ਲੋ ਨੂੰ ਹਨੇਰੀ ਰਾਤ ਬਹੁਤ ਡਰਾਉਣੀ ਲੱਗਦੀ ਐ ਸੂਰਜ ਤੇ ਭਰੋਸਾ ਕੀਤਾ ਨਾ ਪੁਨਾ ਜੁਗਨੂਆ ਨਾਲ ਲੈ ਗਿਆ ਗੱਲ ਸਿਆਣੀ ਲੱਗਦੀ ਐ ਮੰਦਰ ਚ ਉਹਨਾ ਬਹੁਤੇ ਫੁੱਲ ਚੜਾਏ ਸੀ ਪੌਦੇ ਤੋਂ ਸੁੰਦਰਤਾ ਖੁੱਸ ਗਈ ਲੱਗਦੀ ਐ ਟੁੱਟ ਗਿਆ ਰਿਸ਼ਤਾ ਚਾਰ ਲਾਵਾਂ ਸਾਵੇ ਬਣਿਆ ਜੋ ਰੱਬ ਦੀ ਕਚੈਰੀ ਵੀ ਕੋਰੀ ਕਰਾਰੀ ਲੱਗਦੀ ਐ ਮੋੜ ਆਇਨੇ ਸਾਥ ਔਖੇ ਵੇਲੇ ਛੱਡੇ ਜਿੰਨਾ ਮੁੱਲ ਮਿਹਨਤੀ ਉਸ ਬੰਦੇ ਪੈ ਗਈ ਲੱਗਦੀ ਐ ਬਹੁਤਾ ਹਸਮੁਖ ਚਿਹਰਾ ਰਾਜ ਹੈ ਪਿੱਛੇ ਕੋਈ ਡੂੰਗੀ ਸਟ ਉਹਨਾਂ ਦੇ ਵੱਜੀ ਲੱਗਦੀ ਐ ਤਰਸਯੋਗ ਹਾਲਤ ਹੋ ਗਈ ਮੁੰਡਿਆਂ ਦੀ ਗੱਡੀ ਰੁਜ਼ਗਾਰ ਦੀ ਜੋ ਰੁਕ ਗਈ ਲੱਗਦੀ ਐ ਲੇਖਣ ਵਾਲਿਆਂ ਲਿਖ ਦਿੱਤਾ ਬਹੁਤ ਕੁਝ ਜੀ ਪੜਨ ਵਾਲਿਆਂ ਦੀ ਗਿਣਤੀ ਘਟ ਗਈ ਲੱਗਦੀ ਹੈ ਘਰ ਦੇ ਜਿੰਦੇ ਤੌਰ ਤੇ ਮੈਂ ਬਿਰਧ ਆਸ਼ਰਮਾਂ ਲੱਗਦਾ ਗੋਰਿਆਂ ਗੋਰਿਆਂ ਪੜਾਈ ਬਿਨਾ ਨਿੱਤਾਂ ਤਰੱਕੀ ਕਰ ਗਈ ਹੈ ਧੰਨਵਾਦ ਜੀ ਅਗਲੇ ਲੇਖਕ ਸ਼ਾਇਰ ਅਲੀ ਪਹਿਲੀ ਲਿਖਤ ਹੱਡ ਬੀਤੀ ਕੋਠਾ ਸੀ ਕੱਚਾ ਕੱਚੀਆਂ ਸੀ ਗੰਦਾ ਮੀਂਹ ਹਨੇਰੀ ਆਉਂਦੇ ਹੈ ਆਉਂਦੇ ਹੀ ਛੱਤ ਨਾਲ ਰੋ ਪੈਂਦੀਆਂ ਸੀ ਕੰਦਾ ਮਾਰਦਾ ਸੀ ਤਾਨਾ ਸਾਨੂੰ ਹਰ ਕੋਈ ਬੰਦਾ ਤਾਂ ਵੀ ਟੁੱਟੀਆਂ ਨਹੀਂ ਕਦੇ ਹੌਸਲੇ ਦੀਆਂ ਤੰਦਾ ਉੱਤੋਂ ਗੱਲ ਪੈ ਗਿਆ ਸੀ ਕਰਜ਼ੇ ਦਾ ਫੰਦਾ ਉਹਨਾਂ ਨੂੰ ਕੀ ਪਤਾ ਸੀ ਸਾਡਾ ਹਾਲ ਕਿੰਨਾ ਮੰਦਾ ਟੁੱਟੇ ਭੱਜੇ ਬੂਹੇ ਨੂੰ ਇੱਕ ਲਾਇਆ ਹੁੰਦਾ ਸੀ ਜੰਦਾ ਸੱਚੀ ਉਹ ਸੀ ਕਰ ਸਾਡਾ ਜੋ ਲੋਕਾਂ ਨੂੰ ਲੱਗਦਾ ਸੀ ਗੰਦਾ ਧੰਨਵਾਦ ਜੀ ਅਗਲੀ ਲਿਖਤ ਤਸਵੀਰ ਤੇ ਕਿੱਲ ਟੰਗੀ ਹੋਈ ਤਸਵੀਰ ਦੀ ਹਰ ਕੋਈ ਤਾਰੀਫ ਕਰੇ ਪਰ ਉਸਕੇ ਲਨੂ ਕਦਰ ਕਦੇ ਨਾ ਮਿਲਦੀ ਉਹਦੇ ਹੀ ਸਹਾਰੇ ਉਹ ਤਾਂ ਰਹੇ ਹਰ ਪਲ ਤੇਜ਼ ਹਵਾਵਾਂ ਦੇ ਨਾਲ ਵੀ ਉਹ ਕਦੇ ਹਿੱਲਦੀ ਨਹੀਂ ਸੱਟਾਂ ਖਾ ਖਾ ਕੇ ਵੀ ਉਹ ਹਿਫਾਜ਼ਤ ਕਰੇ ਤਸਵੀਰ ਦੀ ਰਿਸ਼ਤਾ ਵੀ ਐਸਾ ਉਹਦਾ ਬਣਿਆ ਤਸਵੀਰ ਨਾਲ ਹਰ ਕੋਈ ਉਸ ਨੂੰ ਦੇਖਦਾ ਰਹੀ ਪਰ ਕਦੇ ਦੇਖ ਨਾ ਸਕਿਆ ਉਹ ਜੋ ਹਰ ਫਲ ਸਿਖਰੀ ਬਨਾਰ ਧੰਨਵਾਦ ਜੀ ਅਗਲੇ ਲੇਖੇ ਗੁਰਚਰਨ ਸਿੰਘ 51 ਪਹਿਲੇ ਲੇਖ ਤਕ ਕਾਣਾ ਪਿਆਰ ਮੈਂ ਮੈਂ ਪਿਆਰ ਹਾਂ ਪਹਿਲਾ ਕਾਮਲਾ ਸੀ ਹੁਣ ਸਿਆਣਾ ਹੋ ਗਿਆ ਪਹਿਲਾ ਮੈਨੂੰ ਸਭ ਅੰਨਾ ਕਹਿੰਦੇ ਸੀ ਹੁਣ ਕਾਣਾ ਹੋ ਗਿਆ ਮੈਂ ਪਿਆਰ ਹਾਂ ਪਹਿਲਾ ਮੱਝੀਆਂ ਚਰਾਈਆਂ ਰਾਂਝੇ ਨੇ ਅੱਜ ਹੀਰ ਨੂੰ ਹੀ ਚਾਰ ਦਿੰਦਾ ਜਿਹਦੇ ਕੋਲ ਪੈਸਾ ਜ਼ਿਆਦਾ ਉਹਨੂੰ ਹਰ ਕੋਈ ਪਿਆਰ ਦਿੰਦਾ ਅੱਜ ਮੈਂ ਜਿਸਮ ਦਾ ਖਾਣਾ ਹੋ ਗਿਆ ਮੈਂ ਪਿਆਰ ਹਾਂ ਪਹਿਲਾਂ ਅੰਨਾ ਸੀ ਹੁਣ ਕਾਣਾ ਹੋ ਗਿਆ ਮੈਂ ਪਿਆਰ ਹਾਂ ਪਹਿਲਾਂ ਤਾਂ ਨਾਲ ਰਹਿਣਾ ਦੀਆਂ ਕਸਮਾਂ ਖਾਈਆਂ ਫਿਰ ਵਖੋ ਇੱਜ ਤਾਂ ਦੀਆਂ ਧੱਜੀਆਂ ਉਡਾਈਆਂ ਨਾ ਵਸਣਾ ਨਾ ਬਸਨ ਦੇਣਾ ਤੈਨੂੰ ਵਿਛੁਦਾਈਮ ਤੈਨੂੰ ਵੀ ਠਠ ਕਰਨਾ ਤੇ ਜਾ ਰਿਆਂ ਹੋਰ ਥਾਂ ਵੀ ਲਾਈਆਂ ਕੋਟ ਵਿੱਚ ਸੱਜਣਾ ਤੇਰਾ ਆਣਾ ਜਾਣਾ ਹੋ ਗਿਆ ਮੈਂ ਪਿਆਰ ਹਾਂ ਪਹਿਲਾਂ ਅੰਨਾ ਸੀ ਹੁਣ ਕਾਣਾ ਹੋ ਗਿਆ ਹਾਂ 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 ਮੈਂ ਪਿਆਰ ਹਾਂ ਮੈਂ ਪਹਿਲਾਂ ਵਾਂਗਣਾ ਕਰਦਾ ਇੰਤਜ਼ਾਰ ਇੱਕ ਨੂੰ ਛੱਡ ਦੂਜਾ ਹੈ ਤਿਆਰ ਜਿਸਮ ਦੀ ਗੇੜ ਕਿਵੇਂ ਕਰੋ ਕੋਈ ਇਤਵਾਰ ਸਭ ਬੋਲ ਜਾਂਦਾ ਜੋ ਵੀ ਕਰਦਾ ਮੈਂ ਕਰਾਲ ਜੋ ਨਾ ਸੋਲਜੇ ਗੁਰੀ ਮੈਂ ਤਾਣਾ ਹੋ ਗਿਆ ਮੈਂ ਪਿਆਰ ਹਾਂ ਪਹਿਲਾਂ ਅੰਨਾ ਸੀ ਹੁਣ ਕਾਣਾ ਹੋ ਗਿਆ ਅਗਲੀ ਲਿਖਤ ਲਾਡੂ ਲਾਡੋ ਗੁੱਸੇ ਦੇ ਵਿੱਚ ਲਾਲ ਰਹਿੰਦੀ ਐ ਤਾਂ ਵੀ ਮੇਰੇ ਨਾਲ ਰਹਿੰਦੀ ਐ ਮੈਂ ਛੱਡ ਕੇ ਤੁਰ ਜਾਣਾ ਤੈਨੂੰ ਇਹ ਤਾਂ ਦਿਨ ਵਿੱਚ ਕਈ ਵਾਰ ਕਹਿੰਦੀ ਐ ਲਾਡੋ ਗੁੱਸੇ ਦੇ ਵਿੱਚ ਲਾਲ ਰਹਿੰਦੀ ਐ ਤਾਂ ਵੀ ਮੇਰੇ ਨਾਲ ਰਹਿੰਦੀ ਐ ਵੈਸੇ ਤਾ ਉਹ ਸੋਹਣੀ ਵਾਲੀ ਪਰ ਗੁੱਸੇ ਵਿੱਚ ਹੋਰ ਵੀ ਲੱਗਦੀ ਗੁੱਸੇ ਵਿੱਚ ਕਹਿੰਦੀ ਮੈਨੂੰ ਚੰਨ ਜੀ ਵਿਗੜੀ ਤੇਰੀ ਟੋਰ ਟੋਰ ਹੈ ਲੱਗਦੀ ਇੱਕ ਇੱਕ ਪਲ ਦਾ ਬਦਲਾ ਉਹ ਉਸਕੇ ਲੈਂਦੀ ਐ ਲਾਡੋ ਗੁੱਸੇ ਦੇ ਵਿੱਚ ਲਾਲ ਰਹਿੰਦੀ ਐ ਤਾ ਵੀ ਮੇਰੇ ਨਾਲ ਰਹਿੰਦੀ ਐ ਗੁੱਸਾ ਉਹਦੇ ਤੇ ਹਾਸਾ ਆਉਂਦਾ ਗੁੱਸੇ ਉਹਦੇ ਤੇ ਹਾਸਾ ਆਉਂਦਾ ਨਿਤ ਰੁੱਸੇ ਮੈ ਨਿਤ ਮਨਾਉਂਦਾ ਮੇਰੇ ਨਾਲ ਰਹਿਣ ਦਾ ਖਿਆਲ ਲੈਂਦੀ ਐ ਲਾਡੋ ਗੁੱਸੇ ਦੇ ਵਿੱਚ ਲਾਲ ਰਹਿੰਦੀ ਐ ਤਾਂ ਵੀ ਮੇਰੇ ਨਾਲ ਰਹਿੰਦੀ ਐ ਵਾਦਾ ਕਰਦੀ ਰੋਜ਼ ਕਿ ਅੱਜ ਤੋਂ ਗੁੱਸੇ ਨਹੀਂ ਹੋਣਾ ਤੂੰ ਮੇਰਾ ਨਾ ਦਿੱਤਾ ਧਿਆਨ ਤਾਂ ਮੈਂ ਕੱਲੀ ਬਹਿ ਰੋਣਾ ਹਰ ਸਾਂਦ ਦੇ ਨਾਲ ਗੁਰੇ ਦਾ ਨਾਂ ਲੈਂਦੀ ਹੈ ਗੁੱਸਾ ਲਾਡੋ ਗੁੱਸੇ ਦੇ ਵਿੱਚ ਲਾ ਰਹੀਂਦੀ ਹੈ ਤਾਂ ਵੀ ਮੇਰੇ ਨਾਲ ਰਹਿੰਦੀ ਹੈ ਧੰਨਵਾਦ ਜੀ